हर एक निरंजन गाइए सब अंतर सोई कारण कारण समरथ प्रभु जो करे सो होई खिन मैं थाप थापदा तिस बिन नहीं कोई खंड ब्रह्मांड पाताल दीप रव्या सब लोई जिस आप बुझाए सो बुझ सी निर्मल जन सोई जिस आप बुझाए सो बुझ सी निर्मल जन सोई सतनाम श्री वाहिगुरु साहिब जीओ खेती वाणिज सब हुक्म है हुक्म मन बढ़ाई राम गुरमती हुक्म बूझिए हुक्मे मेल मिलाई राम खेती वाणिज सब हुक्म है हुक्मे मन वड्याई राम गुरमती हुक्म बूझिए हुक्मे मेल मिलाई राम हुक्म मिलाई सहज समाई गुर का शब्द अपारा सच्ची वड्याई गुरते पाई सच सवार नहारा पाओ पंजन पाया आप गवाया गुरमुख मेल मिलाई कहो नानक नाम निरंजन अगम अगोचर हुक्मे रहा समाई पाओ पंजन पाया आप गवाया गुरमुख मेल मिलाई कहो नानक नाम निरंजन अगम गोचर हुक्मे रहा समाई वाहिगुरु जी का खालसा वाहिगुरु जी की फतेह परम सत्कार योग सतगुरु सच्चे पातशाह जी की साजी नवाजी गुरु साध संगत जी बहुत ही वड्डे भागां वाले हाँ आपां सारे जो धन धन साहिब श्री गुरु ग्रंथ साहिब जी महाराज जी के पावन पवित्र चरणों विच सतगुरु सच्चे पातशाह जी की कृपा सदका जुड़े बैठे हैं गुरु महाराज जी के अमृत वेले तो प्रकाश उपरांत नितनेम आसा की वार दे शब्द कीर्तन आप सरबत संगता ने बड़े प्यार नाल सरवण कीते हन हुण इस वेले गुरु ग्रंथ साहिब जी महाराज जी की लड़ीवार विचार वढ़ांस राग विच तीजे पातशाह दे जो छंद चल रहे ने उन्हां शब्दां दा गुरु महाराज दे प्यार सदका आपां विचार करिए देखिए महाराज साढ़े जीव आत्मा वास्ते की उपदेश करते हैं जी खेती वंज सब हुक्म है हुक्म है मन वड्याई राम जीवन विच इस धरती नू बीजना शरीर रूपी धरती दे विच बीज बीजने ए मालक दा हुक्म है हुक्म है ए तो बिना संसार दे विच व्यापार नहीं हो सकता है कहने दुनिया दे विच सब तो वड्डा जो किता है ओह खेती बाड़ी करना जिमीदारी करना फिर उस तो बाद कहने भाई आ वणज करना जिहड़ा कारोबार लोग करदे ने पर सब तो वड्डा जिहड़ा वणज है खेती दा गिणिया गया है
ਜੇ ਖੇਤੀ ਨਾ ਹੋਵੇ ਤਾਂ ਦੁਨੀਆ ਅੱਗੇ ਕਿਵੇਂ ਵਣਜ ਕਰੇਗੀ। ਸੋ ਇਸ ਨਾਲੋਂ ਵੀ ਵੱਡੀ ਜਿਹੜੀ ਅਵਸਥਾ ਹੈ ਉਹ ਹੈ ਨਾਮ ਦੀ ਖੇਤੀ ਸਰੀਰ ਰੂਪੀ ਖੇਤ ਵਿੱਚ ਬੀਜਣੀ। ਸੋ ਸੱਚੇ ਪਾਤਸ਼ਾਹ ਇਸ ਵਪਾਰ ਦਾ ਜ਼ਿਕਰ ਕਰਦੇ ਕਰ ਰਹੇ ਨੇ, ਪਹਿਲੇ ਛੰਤ ਦੇ ਵਿੱਚ ਵੀ ਕੀਤਾ, ਗੁਰਮੁਖ ਸਭ ਵਪਾਰ ਭਲਾ ਜੇ ਸਹਿਜੇ ਕੀਜੈ ਰਾਮ। ਫਿਰ ਦੂਜੇ ਛੰਤ ਵਿੱਚ ਵੀ ਮਹਾਰਾਜ ਨੇ ਇਸ ਖੇਤੀ ਦਾ ਜ਼ਿਕਰ ਕੀਤਾ ਵਣਜ ਦਾ, ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਬੀਜੈ ਸਰੀਰੈ ਜਮਾਏ ਰਾਮ। ਇਸੇ ਦਾ ਮਹਾਰਾਜ ਵਪਾਰ ਕਰਨ ਦੀ ਗੱਲ ਜੋ ਖੇਤੀ ਦੀ ਕਰ ਰਹੇ ਸੀ ਸਰੀਰ ਵਿੱਚ, ਹਰ ਵਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਨੀ ਵਡਭਾਗੋ ਰਾਮ। ਇਸ ਵਪਾਰ ਦੇ ਵਿੱਚ ਉਹੀ ਲੱਗਦਾ ਹੈ, ਸਰੀਰ ਦੇ ਵਿੱਚ ਰੱਬ ਦਾ ਨਾਮ ਬੀਜਣ ਦੇ ਵਪਾਰ ਵਿੱਚ ਉਹੀ ਲੱਗਦਾ ਹੈ ਜਿਹਦੇ ਵੱਡੇ ਭਾਗ ਹੁੰਦੇ ਨੇ। ਸੋ ਮਹਾਰਾਜ ਇੱਥੇ ਫਰਮਾਨ ਕਰ ਰਹੇ ਨੇ ਕਿ ਉਹ ਜਿਹੜਾ ਵਪਾਰ ਹੈ ਦੁਨੀਆ ਦਾ ਆਪਾਂ ਕਰ ਲੈਂਦੇ ਹਾਂ, ਪਰ ਰੱਬ ਦੇ ਨਾਮ ਦਾ ਵਪਾਰ ਜੀਵਨ ਦੇ ਵਿੱਚ ਆਪਾਂ ਨਹੀਂ ਕਰਦੇ, ਇਹਦੇ ਬਾਰੇ ਆਪਣਾ ਧਿਆਨ ਨਹੀਂ ਜਾਂਦਾ। ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਕਹਿੰਦੇ ਜੀਵਨ ਵਿੱਚ ਐਸਾ ਵਣਜ ਕਰੋ, ਇਹ ਵਣਜਾਰਿਓ ਵਣਜ ਕਰਨ ਵਾਲਿਓ। ਮਹਾਰਾਜ ਕਹਿੰਦੇ ਜਿਹੜਾ ਜੀਵਨ ਨਾਲ ਨਿਭੇ, ਸੋ ਸਭ ਨਾਲੋਂ ਉੱਚੀ ਅਵਸਥਾ ਹੈ ਰੱਬ ਦੇ ਨਾਮ ਨੂੰ ਜੀਵਨ ਵਿੱਚ ਬੀਜਣਾ। ਸਾਡਾ ਜੀਵਨ ਰੱਬ ਦੇ ਨਾਮ ਨੂੰ ਪ੍ਰਾਪਤ ਕਰੇ। ਹੁਣ ਰੱਬ ਦੇ ਨਾਮ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਖਿਆਲ ਹਨ ਕਿ ਕਿਵੇਂ ਜਪਣਾ ਚਾਹੀਦਾ, ਕਿ ਇੱਕ ਸ਼ਬਦ ਨਾਲ ਰੱਬ ਦਾ ਨਾਮ ਜਪਣਾ ਚਾਹੀਦਾ, ਕਿ ਜੀਵਨ ਵਿੱਚ ਇੱਕ ਰੱਬ ਦੇ ਨਾਮ, ਜੀਵਨ ਵਿੱਚ ਜਿੰਨੇ ਵੀ ਸ਼ਬਦ ਨੇ ਉਹਨਾਂ ਨਾਲ ਜਪਿਆ ਇੱਕ ਰੱਬ ਨੂੰ ਸੰਬੋਧਨ ਕਰਨਾ ਚਾਹੀਦਾ। ਇਹ ਜੀਵਨ ਵਿੱਚ ਸਮਝਣ ਦੀ ਬਹੁਤ ਜ਼ਰੂਰਤ ਲੋੜ ਹੈ। ਅਕਸਰ ਕੀ ਕਰਦੇ ਹਾਂ ਆਪਾਂ, ਹਰ ਬੰਦੇ ਦੇ ਮਨ ਵਿੱਚ ਇਹ ਹੁੰਦਾ ਕਿ ਕੋਈ ਸ਼ਬਦ ਨਾਲ ਰੱਬ ਦਾ ਨਾਮ ਜਪਿਆ ਜਾਂਦਾ ਹੈ ਅਤੇ ਦੂਜੇ ਸ਼ਬਦਾਂ ਨੂੰ ਰੱਬ ਦਾ ਨਾਮ ਨਹੀਂ ਸਮਝਦੇ। ਮਹਾਰਾਜ ਕਹਿੰਦੇ ਹਨ ਭਾਈ ਰੱਬ ਦੇ ਕਈ ਨਾਮ ਨੇ, ਸੋ ਇਸ ਗੱਲ ਨੂੰ ਜ਼ਰਾ ਆਪਾਂ ਸਮਝੀਏ ਕਿ ਕਈ ਨਾਮ ਕਿਹਨੂੰ ਕਹਿ ਰਹੇ ਹਾਂ ਅਤੇ ਇੱਕ ਨਾਮ ਕਿਹਨੂੰ ਕਹਿ ਰਹੇ। ਜਿਹੜਾ ਇੱਕ ਨਾਮ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਹਰੀ ਕਹਿੰਦਾ ਹੈ, ਕੋਈ ਸੋਹਨ ਜਪ ਰਿਹਾ, ਆਏ ਕੋਈ ਨਾਰਾਇਣ ਸ਼ਬਦ ਨਾਲ ਸੰਬੋਧਨ ਕਰ ਰਿਹਾ। ਐਸੇ ਹੀ ਆਪਾਂ ਜੀਵਨ ਵਿੱਚ ਜਦੋਂ ਸਮਝੀਏ ਤਾਂ ਪਤਾ ਲੱਗਦਾ ਕਿ ਸਿੱਖ ਵੀ ਇਸ ਤਰ੍ਹਾਂ ਹੀ ਬੋਲਣ ਲੱਗ ਗਏ। ਸਿੱਖ ਵੀ ਕਹਿੰਦਾ ਕਿ ਸਿਰਫ ਵਾਹਿਗੁਰੂ ਸ਼ਬਦ ਨਾਲ ਹੀ ਅਸੀਂ ਉਹਨਾਂ ਨਾਲ ਤੋਲ ਕਰ ਦਿੰਦੇ ਹਾਂ। ਇਹ ਖਿਆਲ ਕਰਦੇ ਹਾਂ ਕਿ ਲੋਕ ਰਾਮ ਕਹਿੰਦੇ ਨੇ, ਅੱਲਾਹ ਕਹਿੰਦੇ ਨੇ, ਖੁਦਾ ਕਹਿੰਦੇ ਨੇ, ਪਰਮਾਤਮਾ ਕਹਿੰਦੇ ਨੇ, ਗੋਬਿੰਦ ਕਹਿੰਦੇ ਨੇ, ਗੁਸਾਈ ਕਹਿੰਦੇ ਨੇ, ਪਰ ਅਸੀਂ ਵਾਹਿਗੁਰੂ ਕਹਿੰਦੇ। ਸਾਡੇ ਮਨ 'ਚ ਇਹ ਖਿਆਲ ਰਹਿੰਦਾ, ਅਸੀਂ ਇਹ ਨਹੀਂ ਸਮਝਦੇ ਕਿ ਅਸੀਂ ਵਾਹਿਗੁਰੂ ਕਿਉਂ ਕਹਿੰਦੇ ਹਾਂ। ਅਸੀਂ ਵਾਹਿਗੁਰੂ ਇਸ ਵਾਸਤੇ ਨਹੀਂ ਕਹਿੰਦੇ ਕਿ ਲੋਕ ਰਾਮ, ਅੱਲਾਹ, ਖੁਦਾ, ਪਰਮੇਸ਼ਰ, ਪਰਮਾਤਮਾ, ਗੋਬਿੰਦ, ਗੁਸਾਈ ਸਾਰੇ ਰੱਬ ਦਾ ਨਾਮ ਲੈਂਦੇ ਨੇ ਤਾਂ ਅਸੀਂ ਤਾਂ ਇਹ ਨਹੀਂ ਲੈਂਦੇ। ਐਸਾ ਨਹੀਂ ਹੈ, ਅਸੀਂ ਰਾਮ ਵੀ ਕਹਿੰਦੇ ਹਾਂ, ਅੱਲਾਹ ਵੀ ਕਹਿੰਦੇ ਹਾਂ, ਭਾਈ ਲੇ ਭਾਈ ਰੇ ਰਾਮ ਕਹੋ ਚਿਤ ਲਾਏ ਕਹਿੰਦੇ ਅਸੀਂ। ਅਸੀਂ ਮਹਾਰਾਜ ਨਾਰਾਇਣ ਸ਼ਬਦ ਵੀ ਵਰਤਦੇ ਹਾਂ, ਅਸੀਂ ਖੁਦਾ ਅੱਲਾਹ ਵੀ ਸ਼ਬਦ ਵਰਤਦੇ ਹਾਂ, ਨਾਨਕ ਕਹੋ ਖੁਦ ਖਸਮ ਮਿਹਰਬਾਨ, ਅੱਲੋਹ ਨਾ ਵਿਸਰੈ ਦਿਲ ਜੀ ਪ੍ਰਾਣ। ਅਸੀਂ ਸਾਰੇ ਰੱਬ ਦੇ ਨਾਮ ਜਿਤਨੇ ਹਨ ਰੱਬ ਨੂੰ ਸੰਬੋਧਨ ਕਰਨ ਵਾਲੇ। ਮਹਾਰਾਜ ਕਹਿੰਦੇ ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਸੋ ਸਾਡੇ ਜੋ ਗੁਰੂ ਜੀ ਨੇ, ਸਾਡੇ ਕੋਲ ਜਿਹੜਾ ਗਿਆਨ ਹੈ ਰੱਬ ਦਾ, ਜਿਨ੍ਹਾਂ ਨੂੰ ਅਸੀਂ ਗੁਰੂ ਜੀ ਕਹਿੰਦੇ ਹਾਂ, ਇਹ ਸਾਰੀਆਂ ਗੱਲਾਂ ਦੇ ਭੇਦ ਖੋਲ ਕੇ ਸਾਨੂੰ ਜਿਸ ਵੇਲੇ ਦੱਸਦੇ ਨੇ ਕਿ ਰੱਬ ਦੇ ਨਾਮ ਅਨੇਕਾਂ ਹਨ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਹ। ਸੋ ਆਏ ਅਨੇਕਾਂ ਰੱਬ ਦੇ ਨਾਮ ਨੇ, ਅਸੀਂ ਉਹ ਸਭ ਰੱਬ ਦੇ ਨਾਮ ਜਦੋਂ ਰੱਬ ਨੂੰ ਸੰਬੋਧਨ ਕਰ ਕੀਤਾ ਜਾਂਦਾ ਗੁਰਬਾਣੀ ਰਾਹੀਂ ਜਾਂ ਬਾਣੀ ਰਾਹੀਂ, ਅਸੀਂ ਉਹ ਸਾਰੇ ਹੀ ਨਾਮ ਲੈਂਦੇ ਹਾਂ। ਪਰ ਅਸੀਂ ਵਾਹਿਗੁਰੂ ਇਸ ਵਾਸਤੇ ਬੋਲਦੇ ਹਾਂ ਕਿ ਵਾਹ ਮੇਰੇ ਗੁਰੂ, ਤੁਸੀਂ ਸਾਡੇ ਦਿਮਾਗ ਦਾ ਇਹ ਭੇਦ ਖੋਲਿਆ ਕਿ ਜੀਵਨ ਵਿੱਚ
ਗੁਰੂ ਦਾ ਤੇ ਰੱਬ ਦਾ ਭੇਦ ਨਹੀਂ ਹੈ, ਦੋਨੋਂ ਅਭੇਦ ਨੇ। ਯਾਨੀ ਰੱਬ ਤੋਂ ਆਈ ਹੋਈ ਬਾਣੀ ਨੂੰ ਹੀ, ਰੱਬ ਤੋਂ ਆਏ ਹੋਏ ਗਿਆਨ ਨੂੰ ਹੀ ਅਸੀਂ ਗੁਰੂ ਕਹਿ ਰਹੇ ਹਾਂ। ਸੋ ਜੀਵਨ ਵਿੱਚ ਜਿਹੜਾ ਇਸ ਗੁਰੂ ਨਾਲ ਜੁੜਦਾ ਹੈ, ਉਹਦਾ ਦੂਜਾ ਸਿਖਰ ਰੱਬ ਨਾਲ ਜੁੜਨਾ ਹੈ। ਧਿਆਨ ਰੱਖਣਾ, ਕਿਸੇ ਮੂਰਤੀ ਨਾਲ ਜੁੜਨਾ ਨਹੀਂ ਹੈ, ਕਿਸੇ ਤਸਵੀਰ ਨਾਲ ਜੁੜਨਾ ਨਹੀਂ ਹੈ। ਸੋ ਇੱਥੇ ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ, ਬਾਣੀ ਗੁਰੂ ਦੇ ਨਾਲ ਜੁੜਦੇ ਹਾਂ, ਸ਼ਬਦ ਗੁਰੂ ਨਾਲ ਜੁੜਦੇ ਹਾਂ, ਉਹਦਾ ਦੂਜਾ ਜਿਹੜਾ ਸਿਖਰ ਹੈ, ਜਿਹੜਾ ਸਾਨੂੰ ਜਿੱਥੇ ਲੈ ਕੇ ਜਾਂਦੀ ਹੈ ਬਾਣੀ, ਉਹ ਹੈ ਰੱਬ ਦਾ ਘਰ, ਰੱਬ ਦੇ ਨਾਲ ਜੁੜਦੀ ਹੈ। ਸੋ ਸਾਡੀ ਸੁਰਤ ਜਦੋਂ ਰੱਬ ਨਾਲ ਜੋੜਨੀ ਹੋਵੇ, ਬਾਣੀ ਨਾਲ ਜੋੜੀਂਦੀ ਹੈ। ਬਾਹਰ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਧਰੀਏ, ਨਾਨਕ ਨਾਮ ਵਖਾਣੈ। ਸੋ ਬਾਣੀ ਵਿੱਚ ਸੁਰਤ ਦੇਣੀ। ਸੋ ਇਹ ਜਿਹੜਾ ਰੱਬ ਦਾ ਸ਼ਬਦ ਹੈ ਬਾਣੀ, ਅਸੀਂ ਜਦੋਂ ਵਾਹਿਗੁਰੂ ਸ਼ਬਦ ਬੋਲਦੇ ਹਾਂ ਤਾਂ ਗੁਰੂ ਦੀ ਵਾਹ ਵਾਹ ਕਰ ਰਹੇ ਹਾਂ। ਵਾਹ ਵਾਹ ਬਹੁਤ ਉੱਚੀ ਅਵਸਥਾ ਹੈ। ਇੱਕ ਪਾਸੇ ਰੱਬ ਦਾ ਸਰੂਪ ਹੈ, ਦੂਜੇ ਪਾਸੇ ਰੱਬ ਦਾ ਗਿਆਨ ਹੈ। ਇਸ ਬਾਣੀ ਦੇ ਵਿੱਚ ਦੋ ਸ਼ਿਖਰ ਨੇ। ਇੱਕ ਪਾਸੇ ਜਿਹੜਾ ਬਾਹਰਲਾ ਸ਼ਿਖਰ ਹੈ ਉਹ ਹੈ ਗਿਆਨ, ਇਸ ਬਾਣੀ ਦਾ ਜਿਹੜਾ ਅੰਦਰਲਾ ਸ਼ਿਖਰ ਹੈ ਉਹ ਹੈ ਰੱਬ। ਸੋ ਰੱਬ ਦੇ ਘਰੋਂ ਆਈ ਹੋਈ ਬਾਣੀ, ਰੱਬ ਦੀ ਭੇਜੀ ਹੋਈ ਬਾਣੀ, ਰੱਬ ਦਾ ਭੇਜਿਆ ਹੋਇਆ ਗਿਆਨ ਇਸ ਬਾਣੀ ਦੁਆਰਾ ਸ਼ਬਦਾਂ ਦੇ ਵਿੱਚ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਅਤੇ ਜਦੋਂ ਸਮਝਾਂਗੇ, ਇਹਦੇ ਦੂਜੇ ਸ਼ਿਖਰ ਤੱਕ ਆਪਾਂ ਅੰਦਰ ਪਹੁੰਚਾਂਗੇ, ਅੰਦਰ ਜਿੱਥੋਂ ਇਹ ਬਾਣੀ ਆਈ ਹੈ, ਜਿਸ ਕੀ ਬਾਣੀ ਤਿਸ ਮਾਹੀ ਸਮਾਜ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੂੰ ਸਮਝਣਾ ਜੀ। ਤੋ ਅਸੀਂ ਜਦੋਂ ਵਾਹਿਗੁਰੂ ਸ਼ਬਦ ਬੋਲਦੇ ਹਾਂ, ਅਸੀਂ ਸਾਰੇ ਰੱਬ ਦੇ ਨਾਮਾਂ ਨੂੰ ਸੰਬੋਧਨ ਕਰ ਰਹੇ ਹਾਂ। ਉਹ ਇੱਕ ਰੱਬ ਜੋ ਜਿਹਦਾ ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ, ਹਰ ਏਕ ਨਿਰੰਜਨ ਗਾਈਏ, ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਉਹ ਨਿਰੰਜਨ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਐਸੇ ਨਿਰੰਜਨ ਨੂੰ ਅਸੀਂ ਗਾਉਣੇ ਹਾਂ, ਜਿਹਦਾ ਇਹ ਸ਼ਬਦ ਵਿੱਚ ਮਹਾਰਾਜ ਕਹਿਣਗੇ ਅਖੀਰ ਵਿੱਚ, ਕਹੋ ਨਾਨਕ ਨਾਮ ਨਿਰੰਜਨ ਅਗਮ ਗੋਚਰ ਹੁਕਮੇ ਰਿਹਾ ਸਮਾਈ। ਕਹਿੰਦੇ ਭਾਈ ਉਹ ਜਿਹੜਾ ਰੱਬ ਹੈ ਨਿਰੰਜਨ ਸਰੂਪ ਹੈ। ਸੋ ਅਸੀਂ ਐਸੇ ਰੱਬ ਨੂੰ ਬਾਣੀ ਰਾਹੀਂ ਜਪਦੇ ਹਾਂ। ਮਹਾਰਾਜ ਕਹਿੰਦੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਕਹਿੰਦੇ ਐ ਮੇਰੇ ਮਨਾ, ਬਾਣੀ ਨੂੰ ਵੀ ਜਪਣਾ ਹੈ। ਸੋ ਜਿਹੜਾ ਬੰਦਾ ਜਪਦਾ ਹੈ, ਉਹ ਆਪਣੇ ਅੰਦਰ ਅਰਾਧਨ ਲੱਗਦਾ ਹੈ। ਅਰਾਧਨ ਲੱਗਣ ਦਾ ਅਰਥ ਹੈ ਕਿ ਅੱਧੇ ਅੱਧੇ ਹਿੱਸੇ 'ਤੇ ਧਿਆਉਂਦਾ ਹੈ, ਅੱਧੇ ਅੱਧੇ ਹਿੱਸੇ 'ਤੇ। ਉਹਦਾ ਅਰਥ ਹੈ ਕਿ ਜਪਦਾ ਮੈਂ ਹਾਂ, ਜਪਾਉਂਦਾ ਤੂੰ ਹੈ, ਬੋਲਦਾ ਮੈਂ ਹਾਂ, ਬੁਲਾਉਂਦਾ ਤੂੰ ਹੈ। ਕਹਿੰਦੇ ਜਿਸ ਵੇਲੇ ਆਪਾਂ ਆਰਾਧਨਾ ਵਿੱਚ ਜਾਂਦੇ ਹਾਂ, ਜਪਦਿਆਂ ਆਰਾਧਨਾ ਵਿੱਚ ਜਾਂਦੇ ਹਾਂ, ਉਸ ਅਵਸਥਾ ਨੂੰ ਮਹਾਰਾਜ ਆਰਾਧਨ ਦੀ ਕਿਰਿਆ ਸਮਝਾਉਂਦੇ ਨੇ, ਦੱਸਦੇ ਨੇ। ਸੋ ਇਹ ਸਭ ਰੱਬ ਦਾ ਹੁਕਮ ਹੈ, ਬਾਣੀ ਨੂੰ ਜਪਣਾ, ਬਾਣੀ ਰਾਹੀਂ ਰੱਬ ਨੂੰ ਆਰਾਧਨਾ। ਸੋ ਜਿਉਂ ਜਿਉਂ ਰੱਬ ਨੂੰ ਧਿਆਉਂਦੇ ਹਾਂ, ਤਿਉਂ ਤਿਉਂ ਆਪਣੇ ਅੰਦਰ ਧਿਆਨ ਵੱਧ ਹੈ, ਜਿਹਨੂੰ ਧਿਆਉਣਾ ਕਹਿੰਦੇ। ਧਿਆਨ ਦਾ ਅਰਥ ਹੈ ਡਰਾ ਕਰਨਾ, ਰੱਬ ਦੇ ਭਾਵ ਨੂੰ ਆਪਣੇ ਅੰਦਰ ਡਰਾ ਕਰਨਾ ਅਤੇ ਆਪਣੇ ਆਪ ਨੂੰ ਮਿਟਾਉਣਾ, ਇਹਨੂੰ ਧਿਆਉਣਾ ਕਹਿੰਦੇ ਆ। ਸੋ ਜਿਉਂ ਜਿਉਂ ਅਸੀਂ ਰੱਬ ਦੇ ਬਾਣੀ ਨੂੰ ਜਪਦੇ ਹਾਂ, ਆਰਾਧਦੇ ਹਾਂ, ਧਿਆਉਂਦੇ ਹਾਂ, ਤਿਉਂ ਤਿਉਂ ਕੀ ਹੁੰਦਾ, ਸਾਡਾ ਧਿਆਨ ਲੱਗਦਾ। ਧਿਆਨ ਇਸ ਗਿਆਨ ਅਨੁਸਾਰ ਸਾਡਾ ਧਿਆਨ ਰੱਬ ਦੇ ਵਿੱਚ ਸਮਾਉਂਦਾ। ਇਹ ਜਿਹੜਾ ਧਿਆਨ ਜਿਉਂ ਜਿਉਂ ਰੱਬ ਦੇ ਵਿੱਚ ਸਮਾਉਂਦਾ, ਮਹਾਰਾਜ ਕਹਿੰਦੇ ਐਸੀ ਅਵਸਥਾ ਸਾਡੇ ਅੰਦਰ ਸਮਾਉਂਦਿਆਂ ਸਮਾਧੀ ਤੱਕ ਲੈ ਕੇ ਜਾਂਦੀ। ਉਹਦਾ ਅਰਥ ਹੈ ਕਿ ਅੰਦਰ ਧਿਆਨ ਟਿਕਦਾ, ਧਿਆਨ ਸਮਾ ਜਾਂਦਾ ਅੰਦਰ, ਉਹਨੂੰ ਕਹਿੰਦੇ ਨੇ ਸਮਾਧੀ। ਇਹ ਜਿਹੜੀ ਅਵਸਥਾ ਹੈ, ਸਾਨੂੰ ਸੁੰਨ ਸਮਾਧੀ ਤੱਕ ਲੈ ਜਾਂਦੀ ਹੈ, ਜਿੱਥੇ ਆਪਣੇ ਅੰਦਰ ਮਹਾਰਾਜ ਕਹਿੰਦੇ ਜਿੱਥੋਂ ਸਾਰੀ ਕਿਰਿਆ ਪੈਦਾ ਹੁੰਦੀ ਹੈ, ਉਸ ਅਵਸਥਾ ਤੱਕ ਸਾਡਾ ਧਿਆਨ ਸਮਾ ਜਾਂਦਾ ਅੰਦਰ, ਉਹਨੂੰ ਕਹਿੰਦੇ ਸੁੰਨ ਸਮਾਧੀ। ਅੰਤਰ ਸੁਣਨੰਗ, ਬਾਹਰ ਸੁਣਨੰਗ, ਤ੍ਰਿਭਵਨ ਸੁਣਮ ਸੁਣਨੰਗ, ਉਸ ਅਵਸਥਾ ਤੱਕ ਸੁਰਤ ਪਹੁੰਚਦੀ ਹੈ। ਜਬ ਆਕਾਰੇ ਕਛ ਨਾ ਦ੍ਰਿਸ਼ਟੇ ਤਾ ਪਾਪ ਪੁਣ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਣ ਸਮਾਧ।
ਤਾਂ ਵੈਰ ਵਿਰੋਧ ਕਿਸ ਸੰਕਮਾਨ। ਕਹਿੰਦੇ ਉੱਥੇ ਫਿਰ ਇਹਦੀ ਅਵਸਥਾ ਰੱਬ ਵਰਗੀ ਹੁੰਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐਸਾ ਵਪਾਰ ਜੀਵਨ ਵਿੱਚ ਕਰਨਾ ਕਰੋ ਜਿਹਦੇ ਨਾਲ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਕੇਵਲ ਮਾਲਕ ਦੇ ਸਰੂਪ ਨੂੰ ਆਪਣੇ ਅੰਦਰ ਪ੍ਰਗਟ ਕਰਨਾ, ਆਪਣੇ ਆਪ ਨੂੰ ਮਿਟਾਉਣਾ। ਸੋ ਮਹਾਰਾਜ ਕਹਿੰਦੇ ਖੇਤੀ ਵਣਜ ਸਭ ਹੁਕਮ ਹੈ, ਸਰੀਰ ਰੂਪੀ ਖੇਤੀ ਦਾ ਵਣਜ ਕਰਨਾ, ਸਰੀਰ ਰੂਪੀ ਖੇਤੀ ਦੇ ਵਿੱਚ ਰੱਬ ਦੇ ਨਾਮ ਨੂੰ ਵਸਾਉਣਾ, ਉਹ ਵਣਜ ਕਰਨਾ, ਐਸਾ ਵਣਜ ਕਰਨਾ ਅਸੀਂ ਬਿਲਕੁਲ ਬੰਦ ਕਰ ਦਿੱਤਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਆਪਾਂ ਰੱਬ ਨੂੰ ਧਿਆਉਂਦੇ ਹਾਂ ਸਰੀਰ ਵਿੱਚ, ਇਸ ਸਰੀਰ ਰੂਪੀ ਖੇਤੀ ਵਿੱਚ, ਅਤੇ ਜਦੋਂ ਆਪਾਂ ਰੱਬ ਨੂੰ ਧਿਆਉਂਦੇ ਹਾਂ ਗੁਰਬਾਣੀ ਰਾਹੀਂ, ਵਾਹਿਗੁਰੂ ਸ਼ਬਦ ਰਾਹੀਂ, ਗੁਰਬਾਣੀ ਦੇ ਅੰਦਰ ਜਿਤਨੇ ਸ਼ਬਦ ਨੇ ਉਸ ਨਾਲ ਇੱਕ ਰੱਬ ਨੂੰ ਧਿਆਉਂਦੇ ਹਾਂ, ਉਹ ਧਿਆਉਂਦਿਆਂ ਧਿਆਉਂਦਿਆਂ ਸਾਡੇ ਅੰਦਰ ਇੱਕ ਅਵਸਥਾ ਪੈਦਾ ਹੁੰਦੀ ਹੈ ਜਿੱਥੇ ਕਿ ਆਪਣਾ ਸ਼ਬਦ ਮਰਦਾ ਹੈ ਅਤੇ ਆਹ ਜਿਹੜੀ ਬਾਣੀ ਦਾ ਗਿਆਨ ਹੈ ਉੱਥੇ ਜਾ ਕੇ ਸੁਰਤ ਟਿਕਦੀ ਹੈ। ਜਿਉਂ ਜਿਉਂ ਟਿਕਦੀ ਹੈ ਤਾਂ ਆਪਣਾ ਜਿਹੜਾ ਆਪਣਾ ਸ਼ਬਦ ਹੁੰਦਾ ਹੈ ਹੰਕਾਰ ਦਾ, ਮੈਂ ਦਿਖਾਉਣ ਦਾ, ਆਪਣੇ ਆਪ ਨੂੰ ਵੱਖਰਾ ਰੱਬ ਨਾਲੋਂ ਜਨਾਉਣ ਦਾ, ਉਹ ਸ਼ਬਦ ਜਿਹੜਾ ਹੈ ਅੰਦਰ ਭਾਵ ਖਤਮ ਹੁੰਦਾ ਹੈ, ਖਤਮ ਹੁੰਦਾ। ਉਹ ਜਿਵੇਂ ਹੀ ਖਤਮ ਹੁੰਦਾ ਹੈ ਫਿਰ ਰੱਬ ਦੇ ਸ਼ਬਦ ਤੋਂ ਜਿਹੜਾ ਆਪਣਾ ਭਾਵ ਅੰਦਰੋਂ ਬਣ ਕੇ ਬਾਹਰ ਆਉਂਦਾ, ਗੁਰਬਾਣੀ ਦੇ ਸ਼ਬਦ ਤੋਂ ਜੋ ਭਾਵ ਬਣ ਕੇ ਆਪਣੇ ਅੰਦਰੋਂ ਬਾਹਰ ਆਉਂਦਾ, ਉਹ ਜਿਹੜਾ ਭਾਵ ਹੁੰਦਾ ਫਿਰ ਆਪਣਾ ਨਹੀਂ ਹੁੰਦਾ ਭਾਈ, ਉਹ ਰੱਬ ਦਾ ਹੁੰਦਾ। ਆਏ ਹਰੇਕ ਵਿੱਚੋਂ ਰੱਬ ਬੋਲਦੇ ਨੇ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਆਪਣਾ ਸ਼ਬਦ ਮਰ ਜਾਏ ਗੁਰਬਾਣੀ ਦੇ ਸ਼ਬਦ ਰਾਹੀਂ, ਅਤੇ ਜਿੱਥੇ ਗੁਰਬਾਣੀ ਦਾ ਸ਼ਬਦ ਆਪਾਂ ਨੂੰ ਅੰਦਰ ਲੈ ਕੇ ਜਾਂਦਾ ਰੱਬ ਦੇ ਘਰ, ਉਸ ਘਰੋਂ ਸ਼ਬਦ ਆਵੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਆਪਣਾ ਸ਼ਬਦ ਮਰ ਜਾਏ, ਤੁਸੀਂ ਕਦੇ ਖਿਆਲ ਕਰੋ ਜਦੋਂ ਆਪਾਂ ਕੋਈ ਗੱਲ ਸ਼ਬਦਾਂ ਰਾਹੀਂ ਸਿੱਖਦੇ ਹਾਂ, ਬੋਲਦੇ ਹਾਂ, ਪੜ੍ਹਦੇ ਹਾਂ, ਕੀ ਹੁੰਦਾ ਹੈ? ਜੇ ਤਾਂ ਸਮਝ ਆ ਜਾਏ, ਉਹ ਸਮਝ ਜਿਹੜੇ ਸ਼ਬਦ ਰਾਹੀਂ ਆਪਾਂ ਨੇ ਅੰਦਰ ਲਿੱਤੀ ਹੁੰਦੀ ਹੈ, ਜੇ ਸਮਝ ਅੰਦਰ ਆ ਜਾਏ ਉਹ ਸ਼ਬਦ ਅੰਦਰ ਲੈ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਕਹਿੰਦੇ ਐਸਾ ਜਿਸ ਵੇਲੇ ਸ਼ਬਦ ਲੈ ਹੋ ਜਾਏ ਉਹਦਾ ਅਰਥ ਹੈ ਕਿ ਸ਼ਬਦ ਦੀ ਸਮਝ ਆਪਣੇ ਅੰਦਰ ਸਮਾ ਗਈ। ਹੁਣ ਜਦੋਂ ਆਪਾਂ ਬੋਲਾਂਗੇ ਨਾ, ਆਮ ਗੱਲਾਂ ਕਰਾਂਗੇ, ਅਤੇ ਉਸ ਭਾਵ ਤੋਂ ਫਿਰ ਆਪਾਂ ਕਿਸੇ ਵੀ ਸੈਂਟੈਂਸ ਵਿੱਚ, ਕਿਸੇ ਵੀ ਸ਼ਬਦਾਵਲੀ ਦੇ ਵਿੱਚ ਉਸ ਸ਼ਬਦ ਨੂੰ ਜਿਸ ਵੇਲੇ ਆਪਾਂ ਪ੍ਰਯੋਗ ਕਰਦੇ ਹਾਂ, ਇਕਦਮ ਤੁਹਾਡੇ ਅੰਦਰ ਚੇਤਾ ਆਉਂਦਾ ਹੈ, ਚੇਤਾ ਆਉਂਦਾ, ਤੁਸੀਂ ਉਸ ਸ਼ਬਦ ਨੂੰ ਪ੍ਰਯੋਗ ਕਰ ਸਕਦੇ ਹੋ। ਜਿਵੇਂ ਆਪਾਂ ਕੋਈ ਵਿਕਾਬਲਰੀ ਕਿਸੇ ਵੀ ਸ਼ਬਦ ਦੀ ਵਧਾਉਂਦੇ ਹਾਂ, ਭਾਸ਼ਾ ਦੀ ਵਧਾਉਂਦੇ ਹਾਂ, ਆਪਾਂ ਬਹੁਤ ਸਾਰੇ ਸ਼ਬਦ ਸਿੱਖਦੇ ਹਾਂ ਦੁਨੀਆ ਵੀ, ਜਿਹੜੇ ਜਿਹੜੇ ਸ਼ਬਦ ਆਪਣੇ ਅੰਦਰ ਟਿਕ ਗਏ, ਟਿਕ ਗਏ ਦਾ ਅਰਥ ਹੈ ਉਹਨਾਂ ਦੀ ਸਮਝ ਆ ਗਈ, ਉਹ ਸ਼ਬਦ ਫਿਰ ਆਪਾਂ ਨੂੰ ਤੰਗ ਨਹੀਂ ਕਰਦੇ, ਉਹ ਸ਼ਬਦ ਆਪਣੇ ਦਿਮਾਗ ਦੇ ਵਿੱਚ ਸਮਾ ਜਾਂਦੇ ਹਨ। ਅਤੇ ਜਦੋਂ ਆਪਾਂ ਬੋਲਦੇ ਹਾਂ ਭਾਸ਼ਾ ਕਿਸੇ ਨਾਲ ਕੋਈ ਗੱਲ ਕਰਦੇ ਹਾਂ, ਤਾਂ ਉਹ ਸ਼ਬਦਾਂ ਦਾ ਫਿਰ ਆਪਾਂ ਨੂੰ ਸਹਿਯੋਗ ਮਿਲਦਾ ਅੰਦਰੋਂ, ਉਹ ਜਦੋਂ ਆਪਾਂ ਬੰਦਾ ਬਹੁਤ ਅੱਛੇ ਤਰੀਕੇ ਨਾਲ ਬੋਲਦਾ ਹੈ, ਜੇ ਉਹਦੇ ਕੋਲ ਅੱਛੀ ਸ਼ਬਦਾਵਲੀ ਹੁੰਦੀ ਹੈ ਅਤੇ ਉਹਦਾ ਬੋਲਣ ਦਾ ਜਿਹੜਾ ਤਰੀਕਾ ਹੈ, ਬੋਲਣ ਦੀ ਜਿਹੜੀ ਉਹਦੀ ਸ਼ੈਲੀ ਹੈ, ਉਹ ਬੜੀ ਰਿਚ ਰਹਿੰਦੀ ਹੈ, ਬਹੁਤ ਅੱਛੀ ਲੱਗਦੀ ਹੈ, ਸ਼ਬਦਾਵਲੀ ਬਹੁਤ ਚੰਗੀ ਲੱਗਦੀ ਹੈ, ਕਿਉਂਕਿ ਉਸ ਕੋਲ ਕਈ ਭਾਵ ਨੇ ਸ਼ਬਦਾਂ ਨੂੰ ਯਾਨੀ ਬੋਲਣ ਦੇ। ਇਹ ਜਿਹੜੀ ਅਵਸਥਾ ਹੈ ਕਿ ਪਹਿਲਾਂ ਸਿੱਖਦਿਆਂ ਹੋਇਆਂ ਸ਼ਬਦ ਨੂੰ ਸਮਝਣਾ ਅਤੇ ਅੰਦਰ ਸ਼ਬਦ ਨੂੰ ਟਿਕਾਉਣਾ, ਫਿਰ ਜਦੋਂ ਬੋਲਦਿਆਂ ਹੋਇਆਂ ਉਸ ਭਾਵ ਨੂੰ ਉਹਨਾਂ ਸ਼ਬਦਾਂ ਰਾਹੀਂ ਬੋਲ ਪਾਉਣਾ, ਇਹ ਕਿਰਿਆ ਜੀਵਨ ਵਿੱਚ ਸਮਝਣ ਵਾਲੀ ਹੈ ਜੀ, ਬਹੁਤ ਜ਼ਰੂਰੀ ਹੈ। ਸੋ ਮਹਾਰਾਜ ਇਸ ਕਿਰਿਆ ਨੂੰ ਸਾਨੂੰ ਸਮਝਾਉਂਦੇ ਨੇ ਕਿ ਆਪਣੇ ਅੰਦਰ ਇੱਕ ਰੱਬ ਵੱਸਦੇ ਨੇ, ਉਹ ਰੱਬ ਦੇ ਘਰੋਂ ਅਸੀਂ ਜਦੋਂ ਬੋਲਣੋਂ ਹਟ ਜਾਂਦੇ ਹਾਂ, ਜਿਹੜੀ ਫਿਰ ਸਾਡੀ ਸ਼ਬਦਾਵਲੀ ਹੁੰਦੀ ਹੈ ਉਹ ਚੰਗੀ ਨਹੀਂ ਹੁੰਦੀ, ਉਹਦੇ ਨਾਲ ਅਸੀਂ ਹੰਕਾਰ ਵਿੱਚ ਬੋਲਦੇ ਹਾਂ, ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਰਕੇ ਬੋਲਦੇ ਹਾਂ, ਜਿਸ ਕਾਰਨ ਹੀ ਸਾਡੇ ਜੀਵਨ ਵਿੱਚ ਕਲੇਸ਼ ਪੈ ਜਾਂਦਾ ਹੈ, ਜੀਵਨ ਦੁਬਿਧਾ ਵਿੱਚ ਰਹਿੰਦਾ ਹੈ, ਜੀਵਨ ਦੇ ਵਿੱਚ ਤਕਲੀਫਾਂ ਆਉਂਦੀਆਂ, ਬੰਦਾ ਦੁਖੀ ਹੋ ਕੇ ਸੰਸਾਰ ਵਿੱਚੋਂ ਮੂਵ ਕਰਦਾ। ਅਤੇ ਜਿਹੜਾ ਬੰਦਾ ਆਪਣੇ ਸ਼ਬਦ ਨੂੰ ਘੜਨ ਦਾ ਪ੍ਰਯਾਸ ਕਰਨ ਵਾਸਤੇ ਗੁਰਦੁਆਰੇ ਆਉਂਦਾ ਕਿ ਮੇਰਾ ਸ਼ਬਦ ਤਾਂ ਸਹੀ ਨਹੀਂ ਸੀ, ਮੇਰੇ ਸ਼ਬਦ ਵਿੱਚ ਤਾਂ ਹੰਕਾਰ ਨਿਕਲਦਾ ਸੀ, ਮੈਂ ਕੁਛ ਵੀ ਬੋਲਦਾ ਸੀ ਉਹਦੇ ਨਾਲ ਲੋਕ ਟੁੱਟਦੇ ਸੀ, ਮੇਰਾ ਆਪਣਾ ਮਨ ਟੁੱਟ ਜਾਂਦਾ ਸੀ, ਅਤੇ ਉਸ ਮਨ ਨੂੰ
ਜੋੜਨ ਵਾਸਤੇ ਅਸੀਂ ਗੁਰ ਸ਼ਬਦ ਨੂੰ ਸੁਣਦੇ ਹਾਂ। ਜਿਨ੍ਹਾਂ ਦਾ ਮਨ ਜੁੜਿਆ ਹੁੰਦਾ ਉਹਨਾਂ ਦੇ ਸ਼ਬਦ ਸੁਣਦੇ ਹਾਂ, ਜਿਨ੍ਹਾਂ ਦੇ ਮਨ ਵਿੱਚ ਰੱਬ ਵਸਿਆ ਹੁੰਦਾ ਉਹਨਾਂ ਦੇ ਸ਼ਬਦ ਨੂੰ ਸੁਣਦੇ ਹਾਂ, ਤਾਂ ਕਿ ਉਹਨਾਂ ਸ਼ਬਦਾਂ ਨੂੰ ਸਮਝ ਕੇ ਸਾਡਾ ਮਨ ਉਸ ਘਰ ਵਿੱਚ, ਰੱਬ ਦੇ ਘਰ ਵਿੱਚ ਜੁੜੇ, ਜਿੱਥੇ ਕਿ ਸਾਡਾ ਮਨ ਸੁੱਖ ਪ੍ਰਾਪਤ ਕਰ ਸਕੇ, ਜਿੱਥੇ ਕਿ ਸਾਡਾ ਮਨ ਆਨੰਦ ਨੂੰ ਪ੍ਰਾਪਤ ਕਰ ਸਕੇ, ਜਿੱਥੇ ਕਿ ਸਾਡਾ ਮਨ ਘੱਟ ਬੈਠੇ ਰੱਬ ਨਾਲ ਜੁੜ ਸਕੇ। ਸੋ ਐਸਾ ਜਿਹੜਾ ਪ੍ਰੋਸੈਸ ਹੈ ਇਸ ਘਰ ਦੇ ਵਿੱਚ ਹੀ ਸਾਨੂੰ ਲੱਭਦਾ ਹੈ, ਗੁਰਬਾਣੀ ਦੇ ਘਰ ਵਿੱਚ ਹੀ ਲੱਭਦਾ ਕਿ ਅਸੀਂ ਬਾਣੀ ਨੂੰ ਪਹਿਲਾਂ ਗੁਰੂ ਮੰਨਦੇ ਹਾਂ, ਅਸੀਂ ਸਿੱਖ ਬਣ ਕੇ ਸਿੱਖਦੇ ਹਾਂ ਅਤੇ ਬਾਣੀ ਦੇ ਸ਼ਬਦਾਂ ਰਾਹੀਂ ਆਪਣੇ ਸ਼ਬਦ ਨੂੰ ਘੜਦੇ ਹਾਂ, ਅਤੇ ਜਿਹੜੇ ਸ਼ਬਦ ਆਪਣੇ ਹੰਕਾਰ ਦੇ ਹੁੰਦੇ ਸੀ ਉਹ ਮਿਟਦੇ ਨੇ, ਅਤੇ ਰੱਬ ਦਾ ਸ਼ਬਦ ਜਿਉਂ ਜਿਉਂ ਸਾਡੇ ਅੰਦਰ ਵੱਸਦਾ ਹੈ ਤਿਉਂ ਤਿਉਂ ਰੱਬ ਦਾ ਭਾਵ ਸਾਡੇ ਬੋਲਣ ਵਿੱਚੋਂ, ਸਾਡੇ ਜੀਵਨ ਦੀ ਕਿਰਿਆ ਵਿੱਚੋਂ ਉਹ ਭਾਵ ਪ੍ਰਗਟ ਹੁੰਦਾ ਹੈ। ਇਹ ਸਾਰੀ ਜਿਹੜੀ ਮੂਵਮੈਂਟ ਹੈ ਇਹ ਸਿੱਖ ਦੀ ਅਤੇ ਗੁਰਬਾਣੀ ਦੀ ਇੱਕ ਕਿਰਿਆ ਹੈ, ਇਹ ਕਿਰਿਆ। ਸੋ ਮਹਾਰਾਜ ਕਹਿੰਦੇ ਐਸੀ ਖੇਤੀ ਦਾ ਵਣਜ ਕਰੋ, ਕਹਿੰਦੇ ਖੇਤੀ ਵਣਜ ਸਭ ਹੁਕਮ ਹੈ। ਸੋ ਖੇਤੀ ਘਰ ਦੀ ਯਾਨੀ ਸਰੀਰ ਦੀ ਇਹ ਵਣਜ ਕਰਨਾ, ਇਹਦੇ ਵਿੱਚ ਇਹ ਸਭ ਰੱਬ ਦਾ ਹੁਕਮ ਹੈ, ਇਹ ਰੱਬ ਦੇ ਹੁਕਮ ਵਿੱਚ ਹੀ ਮੂਵ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਆਹ ਜਿਸ ਵੇਲੇ ਆਪਾਂ ਬਾਣੀ ਸੁਣਦੇ ਹਾਂ ਨਾ, ਇਹਨੂੰ ਤਾਂਹੀਓ ਅਸੀਂ ਕਹਿੰਦੇ ਹੁਕਮ ਸੁਣੋ ਜੀ, ਹੁਕਮ ਮੰਨੋ ਜੀ, ਇਹ ਰੱਬ ਦਾ ਹੁਕਮ ਆਇਆ ਜੀ। ਇਹ ਜਿਸ ਵੇਲੇ ਆਪਾਂ ਬੋਲ ਰਹੇ ਹਾਂ ਇਹ ਇਸ ਵਾਸਤੇ ਬੋਲ ਰਹੇ ਹਾਂ ਕਿ ਇਸ ਹੁਕਮ ਨਾਲ ਆਪਣੇ ਅੰਦਰ ਜਿਹੜਾ ਹੁਕਮ ਵਰਤਣਾ ਹੈ ਉਹ ਪ੍ਰਗਟ ਹੋਵੇ, ਸਾਡਾ ਸਰੀਰ ਦੇ ਵਿੱਚ ਜਿਹੜਾ ਰੱਬ ਦਾ ਭਾਵ ਵਰਤਣਾ ਹੈ ਇਸ ਬਾਣੀ ਦੇ ਹੁਕਮ ਰਾਹੀਂ ਸਾਡੇ ਅੰਦਰ ਉਹ ਰੱਬ ਦਾ ਭਾਵ ਪ੍ਰਗਟ ਹੋਵੇ। ਸੋ ਮਹਾਰਾਜ ਕਹਿੰਦੇ ਖੇਤੀ ਵਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ। ਜਿਹੜਾ ਹੁਕਮ ਨੂੰ ਮੰਨ ਲੈਂਦਾ ਯਾਨੀ ਬਾਣੀ ਦੇ ਹੁਕਮ ਨੂੰ ਮੰਨ ਲੈਂਦਾ, ਗੁਰਬਾਣੀ ਨੂੰ ਆਪਣੇ ਅੰਦਰ ਰੱਬ ਦਾ ਹੁਕਮ ਸਮਝ ਕੇ ਮੰਨ ਲੈਂਦਾ, ਕਹਿੰਦੇ ਉਹਨੂੰ ਇਹ ਵਡਿਆਈ ਪ੍ਰਾਪਤ ਹੁੰਦੀ ਹੈ ਰਮੇ ਹੋਏ ਰਾਮ ਦੀ। ਕਹਿੰਦੇ ਜੀਵਨ ਵਿੱਚ ਗੁਰਮਤੀ ਹੁਕਮ ਬੂਝੀਏ, ਇਸ ਗੁਰਮਤ ਤੋਂ ਇਹ ਹੁਕਮ ਬੁੱਝਿਆ ਜਾਂਦਾ, ਰੀਅਲਾਈਜ਼ ਕੀਤਾ ਜਾਂਦਾ, ਇਹ ਸਮਝਿਆ ਜਾਂਦਾ। ਸੋ ਮਹਾਰਾਜ ਕਹਿੰਦੇ ਭਾਈ ਜੇ ਆਪਾਂ ਨੇ ਇਹ ਵਰਜ ਦੇ ਬਾਰੇ ਸਮਝਣਾ ਕਿ ਸਰੀਰ ਵਿੱਚ ਕਿਵੇਂ ਰੱਬ ਦਾ ਭਾਵ ਪ੍ਰਗਟ ਹੋਵੇ, ਕਹਿੰਦੇ ਬਾਣੀ ਨੂੰ ਸਮਝਣ ਲੱਗ ਜਾਓ, ਬਾਣੀ ਨੂੰ ਵਿਚਾਰਨ ਲੱਗ ਜਾਓ। ਮਹਾਰਾਜ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਕਹਿੰਦੇ ਜਿਵੇਂ ਕੋਈ ਬੰਦਾ ਸਾਇੰਸ ਸਮਝਣਾ ਚਾਹੁੰਦਾ ਤੇ ਸਾਇੰਸ ਪੜ੍ਹਨ ਲੱਗ ਜੇ, ਜਿਵੇਂ ਕੋਈ ਬੰਦਾ ਇੰਜੀਨੀਅਰਿੰਗ ਸਮਝਣਾ ਚਾਹੁੰਦਾ ਤੇ ਇੰਜੀਨੀਅਰਿੰਗ ਪੜ੍ਹ ਲਏ, ਜਿਵੇਂ ਕੋਈ ਵੀ ਚੀਜ਼ ਆਪਾਂ ਦੁਨੀਆਂ ਵਿੱਚ ਸਮਝਣਾ ਚਾਹੁੰਦੇ ਹਾਂ ਅਸੀਂ ਉਸ ਵਿਸ਼ੇ ਨੂੰ ਪੜ੍ਹਦੇ ਹਾਂ। ਸੋ ਆਪਣਾ ਵਿਸ਼ੇ ਇਹ ਹੈ ਆਪਾਂ ਕੀ ਸਮਝਣਾ ਚਾਹੁੰਦੇ ਹਾਂ ਕਿ ਰੱਬ ਸਾਡੇ ਵਿੱਚ ਕਿਵੇਂ ਵਸਦੇ ਨੇ, ਅਸੀਂ ਰੱਬ ਨਾਲ ਕਿਵੇਂ ਵਸ ਜੀਏ, ਇਹ ਸਮਝਣਾ ਚਾਹੁੰਦੇ। ਪਰ ਅਕਸਰ ਅਸੀਂ ਇਹ ਸਮਝਣਾ ਚਾਹੁੰਦੇ ਹੀ ਨਹੀਂ, ਅਸੀਂ ਤਾਂ ਇਹ ਸਮਝਣਾ ਚਾਹੁੰਦੇ ਕਿ ਅਸੀਂ ਪੈਸੇ ਕਿਵੇਂ ਕਮਾ ਲਈਏ, ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਮੈਂ ਸਰੀਰ ਰਾਹੀਂ ਕਿਵੇਂ ਹੋਰ ਤਕੜਾ ਹੋ ਜਾਂ, ਅਸੀਂ ਇਹ ਸਮਝਣਾ ਚਾਹੁੰਦੇ ਹਾਂ। ਅਸੀਂ ਰੱਬ ਨਾਲ ਮਿਲਣਾ ਸਮਝਣਾ ਨਹੀਂ ਚਾਹ ਰਹੇ ਕਿ ਜੀਵਨ ਵਿੱਚ ਜੇ ਰੱਬ ਨਾਲ ਮਿਲਾਂਗੇ ਤਾਂ ਪੈਸੇ ਵੀ ਮਿਲ ਜਾਣੇ ਨੇ, ਜੇ ਰੱਬ ਨਾਲ ਮਿਲਾਂਗੇ ਤਾਂ ਜੀਵਨ ਵਿੱਚ ਇਹ ਸਾਰਾ ਸਰੀਰ ਵੀ ਤਕੜਾ ਰਹੂਗਾ, ਤੰਦਰੁਸਤ ਰਹੇਗਾ ਅਤੇ ਮਨ ਵੀ ਜਿੱਤਿਆ ਜਾਣਾ ਹੈ। ਕਹਿੰਦੇ ਇਹ ਸਾਰੀਆਂ ਖੇਡਾਂ ਰੱਬ ਨਾਲ ਮਿਲਣ ਨਾਲ ਆਪਣੇ ਆਪ ਬਣਦੀਆਂ ਨੇ, ਰੱਬ ਨਾਲ ਮਿਲਣਾ ਹੀ ਜ਼ਰੂਰੀ ਹੈ, ਰੱਬ ਨੂੰ ਯਾਦ ਰੱਖਣਾ ਹੀ ਜ਼ਰੂਰੀ ਹੈ। ਸੋ ਕੰਮ ਕਰਦਿਆਂ ਹੋਇਆਂ ਕਹਿੰਦੇ ਜਿਉਂ ਜਿਉਂ ਤੁਸੀਂ ਰੱਬ ਨੂੰ ਯਾਦ ਰੱਖੋਗੇ ਇੱਕ ਤਾਂ ਤੁਹਾਨੂੰ ਸਾਨੂੰ ਕੰਮ ਮਿਲੂਗਾ, ਜਦੋਂ ਆਪਾਂ ਕੰਮ ਮਿਲੂਗਾ ਤੇ ਆਪਾਂ ਰੱਬ ਨੂੰ ਭੁੱਲਾਂਗੇ ਨਹੀਂ, ਤੇ ਕੰਮ ਬਹੁਤ ਰੱਬ ਵਰਗਾ ਹੋਊਗਾ, ਨਾਲ ਭਜਨ ਹੋਊਗਾ, ਨਾਲ ਕੰਮ ਹੋਊਗਾ। ਜੀਵਨ ਵਿੱਚ ਜਿਹੜਾ ਰੱਬ ਨੂੰ ਯਾਦ ਰੱਖਦਾ ਉਹਦੇ ਸਾਰੇ ਕੰਮ ਹੁੰਦੇ ਨੇ, ਸਾਰੇ ਕੰਮ, ਉਹਦਾ ਘਰ ਵੀ ਵਸਦਾ, ਉਹਦੇ ਬੱਚੇ ਵੀ ਬਹੁਤ ਅੱਛੇ ਹੁੰਦੇ ਨੇ, ਉਹਨੂੰ ਕਾਰੋਬਾਰ ਵੀ ਅੱਛਾ ਮਿਲਦਾ, ਇਹ ਸਭ ਕੁਝ ਚੱਲਦਾ। ਪਰ ਰੱਬ ਦਾ ਨਾਮ ਨਹੀਂ ਵਿਸਰਨਾ ਚਾਹੀਦਾ ਕੰਮ ਕਰਦਿਆਂ ਹੋਇਆ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਹਿੰਦੇ ਕਰਮ ਕਰਦਿਆਂ ਹੋਇਆ ਰੱਬ ਨਾ ਵਿਸਰ ਜਾਏ। ਜਿਉਂ ਜਿਉਂ ਬੰਦਾ ਇਹਨੂੰ ਰੱਬ ਵਿਸਰਦਾ ਤਿਉਂ ਤਿਉਂ ਕਰਮ ਤੋਂ ਫੇਰ ਬੰਦਾ ਵਿਹੋਣਾ ਹੁੰਦਾ, ਤਿਉਂ ਤਿਉਂ ਬੰਦਾ ਕਰਮ ਤੋਂ ਟੁੱਟਦਾ। ਸੋ ਰੱਬ ਦੇ ਨਾਮ ਨਾਲ ਕਰਮ ਜੁੜਿਆ ਹੋਇਆ, ਯਾਦ ਰੱਖਣਾ। ਐਸਾ ਨਹੀਂ ਕਿ ਕਰਮ ਛੱਡ ਕੇ ਰੱਬ ਦਾ ਨਾਮ ਜਪੀਦਾ, ਰੱਬ ਦਾ ਨਾਮ ਜਪਦਿਆਂ ਕਰਮ ਮਿਲਦਾ, ਰੱਬ ਦਾ ਨਾਮ ਜਪਿਆ ਕਰਮ ਹੁੰਦਾ, ਰੱਬ ਦਾ ਨਾਮ ਜਪਿਆ ਕਰਮ ਸਫਲਾ ਹੁੰਦਾ।
ਤੇ ਉਹ ਕੀਤਾ ਹੋਇਆ ਕੰਮ ਕਹਿੰਦੇ ਰੱਬ ਦੇ ਨਾਮ ਦੇ ਵਿੱਚ ਕਹਿੰਦੇ ਉਹ ਜਿਉਂਦਾ ਬੰਦੇ ਨੂੰ ਮੁਕਤ ਕਰ ਦਿੰਦਾ, ਜਿਉਂਦਾ ਮੁਕਤ ਕਰ ਦਿੰਦਾ। ਸੋ ਧਰਮ ਅਰਥ ਕਾਮ ਮੋਕਸ਼ ਚਾਰੋਂ ਪ੍ਰਾਪਤ ਹੁੰਦੇ ਨੇ ਰੱਬ ਦਾ ਨਾਮ ਜਪਿਆ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਗੁਰਮਤਿ ਨਾਲ ਪਾਇਆ ਜਾਂਦਾ ਭਾਈ, ਗੁਰਮਤੀ ਹੁਕਮ ਬੂਝੀਐ ਹੁਕਮੇ ਮੇਲ ਮਿਲਿਆਈ ਮਿਲਾਈ ਰਾਮ। ਕਹਿੰਦੇ ਹੁਕਮ ਨਾਲ ਹੀ ਕਹਿੰਦੇ ਜਿਉਂ ਜਿਉਂ ਬੂਝਾਂਗੇ ਬਾਣੀ ਨੂੰ ਸਮਝਾਂਗੇ ਇਹ ਰੱਬ ਦਾ ਹੁਕਮ ਹੈ, ਐਸਾ ਜਾਣ ਕੇ ਜਿਸ ਵੇਲੇ ਸਮਝਾਂਗੇ ਰੱਬ ਨਾਲ ਮਿਲਿਆ ਜਾਣਾ, ਅੰਦਰ ਰੱਬ ਨਾਲ ਮੇਲ ਹੋਣਾ, ਜਿਹੜਾ ਰੱਬ ਨਾਲ ਅੰਦਰ ਮੇਲ ਹੋਣਾ ਇਹ ਰੱਬ ਦਾ ਹੀ ਹੁਕਮ ਹੈ ਭਾਈ। ਆਖੋ ਸਤਨਾਮ, ਰੱਬ ਦੇ ਹੁਕਮ ਵਿੱਚ ਆਉਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ। ਕਹਿੰਦੇ ਜਿਹੜਾ ਬੰਦਾ ਹੁਕਮ ਦੇ ਨਾਲ ਕਹਿੰਦੇ ਘੱਟ ਬੈਠੇ ਰੱਬ ਨਾਲ ਮਿਲ ਜਾਏ ਕਹਿੰਦੇ ਉਹ ਫਿਰ ਸਹਿਜ ਵਿੱਚ ਸਮਾ ਜਾਂਦਾ ਹੈ, ਸਹਿਜ ਉਸ ਅੰਦਰ ਸਹਿਜ ਪ੍ਰਗਟ ਹੁੰਦਾ ਹੈ। ਤਾਂਹੀਓ ਮਹਾਰਾਜ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕੀਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ। ਕਿ ਸੰਜਮ ਧੋਤਾ ਜਾਏ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਜਾਏ। ਕਹਿੰਦੇ ਗੁਰਪ੍ਰਸਾਦ ਗੁਰ ਸ਼ਬਦ ਨਾਹੀਂ ਕਹਿੰਦੇ ਜੀਵਨ ਵਿੱਚ ਜੁੜਨਾ ਪਹਿਲਾਂ, ਅਸੀਂ ਪਹਿਲਾਂ ਕਰਮ ਨਾਲ ਜੁੜਦੇ ਹਾਂ ਗੁਰ ਸ਼ਬਦ ਨਾਲ ਨਹੀਂ ਜੁੜਦੇ। ਜਿਹੜਾ ਗੁਰ ਸ਼ਬਦ ਨਾਲ ਜੁੜਦਾ ਹੈ ਉਹ ਕਰਮ ਨਾਲ ਜੀਵਨ ਜੁੜਿਆ ਜੁੜਿਆ ਰੱਬ ਦੇ ਭਾਵ ਦੇ ਵਿੱਚ ਕਰਮ ਨਿਭਾਉਂਦਾ ਹੈ, ਨਹੀਂ ਤਾਂ ਕਰਮ ਤੋਂ ਵੀ ਹੋਣਾ ਹੋ ਜਾਂਦਾ ਹੈ। ਧਿਆਨ ਰੱਖਣਾ ਬਹੁਤ ਸਾਰੇ ਬੰਦੇ ਕਰਮ ਨੂੰ ਛੱਡ ਕੇ ਰੱਬ ਨੂੰ ਧਿਆਉਣ ਦੀ ਕੋਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਤੁਸੀਂ ਰੱਬ ਨੂੰ ਧਿਆਓ, ਰੱਬ ਦੇ ਨਾਲ ਰਹੋ, ਰੱਬ ਨੂੰ ਯਾਦ ਰੱਖੋ, ਤੁਹਾਨੂੰ ਨੌਕਰੀਆਂ ਵੀ ਮਿਲਣਗੀਆਂ, ਤੁਹਾਡਾ ਘਰ ਵੀ ਬਹੁਤ ਵਧੀਆ ਵਸੂਗਾ। ਕਹਿੰਦੇ ਤੁਹਾਨੂੰ ਫਿਰ ਉਸ ਨੌਕਰੀ ਮਿਲੇ ਹੋਏ ਰੱਬ ਚੇਤੇ ਰਹੇ ਕਹਿੰਦੇ ਉਹ ਨੌਕਰੀ ਬਹੁਤ ਵਧੀਆ ਚੱਲੇਗੀ। ਸੋ ਕਹਿਣ ਦਾ ਭਾਵ ਕਿ ਕਰਮ ਕਰਦਿਆਂ ਹੋਇਆਂ ਰੱਬ ਨੂੰ ਚੇਤੇ ਰੱਖਣ ਦਾ ਇਹ ਜੀਵਨ ਦਾ ਹੁਕਮ ਹੈ, ਸਾਨੂੰ ਰੱਬ ਦਾ ਇਹ ਹੁਕਮ ਹੈ ਕਿ ਕਰਮ ਕਰਦਿਆਂ ਹੋਇਆਂ ਰੱਬ ਨੂੰ ਕਿਵੇਂ ਯਾਦ ਰੱਖਣਾ। ਸੋ ਉਹ ਹੁਕਮ ਕਿਵੇਂ ਵਰਤਦਾ ਕਿ ਰੱਬ ਨੂੰ ਵਿਚਾਰੋ, ਗੁਰਬਾਣੀ ਦੇ ਗਿਆਨ ਅਨੁਸਾਰ ਆਪਣੇ ਅੰਦਰ ਰੱਬ ਨੂੰ ਧਿਆਨ ਦਿਓ ਅਤੇ ਕਰਮ ਪ੍ਰਾਪਤ ਹੁੰਦਾ। ਜਿਉਂ ਜਿਉਂ ਕਰਮ ਪ੍ਰਾਪਤ ਹੁੰਦਾ ਫਿਰ ਰੱਬ ਯਾਦ ਰਹਿੰਦਾ ਕਰਮ ਵਿੱਚ, ਕਿਉਂਕਿ ਸਾਡੇ ਮਨ 'ਚ ਰੱਬ ਦਾ ਹੁਕਮ ਗਿਆਨ ਵਰਤਦਾ ਹੈ। ਜਿਉਂ ਜਿਉਂ ਰੱਬ ਯਾਦ ਰਹਿੰਦਾ ਕਰਮ ਕਰਦਿਆਂ ਹੋਇਆਂ, ਕਰਮ ਤੋਂ ਬੰਦਾ ਧੋਖਾ ਨਹੀਂ ਖਾਂਦਾ, ਕਰਮ ਤੋਂ ਬੰਦਾ ਜੀਵਨ ਦੁੱਖ ਨਹੀਂ ਭੋਗਦਾ, ਫਿਰ ਕਹਿੰਦੇ ਕਰਮ ਕਰਦਿਆਂ ਹੋਇਆਂ ਮੁਕਤ ਹੋ ਜਾਂਦਾ, ਲਿਬਰੇਟ ਹੁੰਦਾ। ਸੋ ਸੱਚੇ ਪਾਤਸ਼ਾਹ ਜੀ ਦਾ ਇਹ ਸਰੂਪ ਹੈ ਗੁਰਬਾਣੀ ਦਾ ਹੁਕਮ ਨੂੰ ਮੰਨਣ ਦਾ। ਮਹਾਰਾਜ ਕਹਿੰਦੇ ਭਾਈ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰਾ। ਕਹਿੰਦੇ ਇਹ ਜਿਹੜੀ ਸੱਚੀ ਵਡਿਆਈ ਹੈ ਕਹਿੰਦੇ ਗੁਰੂ ਦੇ ਗੁਰ ਤੋਂ, ਗੁਰੂ ਦੇ ਇਸ ਜੁਗਤ ਤੋਂ, ਗੁਰੂ ਦੇ ਇਸ ਸਮਝ ਤੋਂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਫਿਰ ਉਹ ਸੱਚ ਆਪੇ ਸਭ ਕੁਛ ਸਵਾਰਦਾ ਰਹਿੰਦਾ, ਉਹ ਜਿਹੜਾ ਟਰੁੱਥ ਹੈ ਨਾ ਜੀ, ਜਿਉਂ ਜਿਉਂ ਬੰਦਾ ਇਸ ਸੱਚ ਨਾਲ ਜੁੜਦਾ ਹੈ ਗੁਰਬਾਣੀ ਦੇ ਹੁਕਮ ਨਾਲ, ਘੱਟ ਬੈਠੇ ਰੱਬ ਨਾਲ, ਕਰਮ ਕਰਦਿਆਂ ਹੈ ਰੱਬ ਤੋਂ ਟੁੱਟਦਾ ਨਹੀਂ, ਕਹਿੰਦੇ ਫਿਰ ਉਹ ਸੱਚ ਆਪਣੇ ਆਪ ਹੀ ਸਾਰਾ ਇਹਦਾ ਜੀਵਨ ਇਹਦੇ ਕਰਮ ਸਭ ਆਪ ਸੰਭਾਲਦਾ ਹੁੰਦਾ, ਆਪ ਰੱਬ ਸਵਾਰਦਾ ਹੁੰਦਾ। ਕਹਿੰਦੇ ਸੱਚ ਨਾਲ ਜੁੜੋ ਜੀ, ਇਹ ਸੱਚ ਦਾ ਰਸਤਾ ਹੈ। ਸੋ ਕਰਮ ਵੱਖਰਾ ਨਹੀਂ ਕਰਨਾ, ਰੱਬ ਦਾ ਨਾਮ ਵੱਖਰਾ ਨਹੀਂ ਸਮਝਣਾ, ਕਰਮ ਕਰਦਿਆਂ ਹੈ ਸਾਚੀ ਬਾਣੀ ਕਰਮ ਕਰੇ ਅੰਦਰ ਨਾਮ ਧਿਆਏ। ਕਹਿੰਦੇ ਜੀਵਨ ਵਿੱਚ ਜਿਹੜਾ ਸੱਚ ਨਾਲ ਜੁੜ ਕੇ ਕਹਿੰਦੇ ਭਾਈ ਇਸ ਬਾਣੀ ਨੂੰ ਸਮਝ ਕੇ ਕਰਮ ਕਰਦਿਆਂ ਹੋਇਆਂ ਸੱਚ ਬੋਲਦਾ, ਕਹਿੰਦੇ ਉਹ ਜੀਵਨ 'ਚ ਨਿਤਾ ਪ੍ਰਤੀ ਰੱਬ ਦਾ ਨਾਮ ਧਿਆਉਂਦਾ ਜਾਣੋ, ਉਹਨੇ ਰੱਬ ਦਾ ਨਾਮ ਧਿਆਇਆ ਜਾਣੋ, ਸੱਚੀ ਬਾਣੀ ਕਰਮ ਕਰੇ ਅੰਦਰ ਨਾਮ ਧਿਆਏ। ਕਹਿੰਦੇ ਨਿਤਾ ਪ੍ਰਤੀ ਉਹ ਨਾਮ ਧਿਆਉਂਦਾ ਜਾਣੋ ਜੀ। ਸੋ ਸੱਚੇ ਪਾਤਸ਼ਾਹ ਇੱਥੇ ਫਰਮਾਨ ਕਰਦੇ ਨੇ ਕਹਿੰਦੇ ਭਾਉ ਭੰਜਨ ਪਾਇਆ ਆਪ ਗਵਾਇਆ। ਜੀਵਨ ਦੇ ਵਿੱਚ ਜਿਹੜਾ ਭਾਉ ਹੈ, ਜਿਹੜਾ ਭਾਉ ਨੂੰ ਦੂਰ ਕਰਨ ਵਾਲਾ ਹਰ ਕਿਸਮ ਦਾ ਭਾਉ, ਹਰ ਕਿਸਮ ਦਾ ਡਰ, ਕਹਿੰਦੇ ਉਹ ਜਿਹੜਾ ਭਾਉ ਭੰਜਨ ਵਾਲਾ ਮਾਲਕ ਹੈ, ਡਰ ਨੂੰ ਦੂਰ ਕਰਨ ਵਾਲਾ ਮਾਲਕ ਹੈ, ਕਹਿੰਦੇ ਉਹ ਪ੍ਰਾਪਤ ਹੁੰਦਾ। ਨਹੀਂ ਤਾਂ ਮਨ ਵਿੱਚ ਡਰ ਬਣਿਆ ਰਹਿੰਦਾ ਕਿ ਪਤਾ ਨਹੀਂ ਮੇਰਾ ਘਰ ਕਿਵੇਂ ਹੋਊਗਾ, ਪਤਾ ਨਹੀਂ ਮੇਰਾ ਬੱਚੇ ਕਿਵੇਂ ਹੋਣਗੇ, ਪਤਾ ਨਹੀਂ ਮੇਰਾ ਇਹ ਕਾਰੋਬਾਰ ਕਿਵੇਂ ਹੋਏਗਾ, ਪਤਾ ਨਹੀਂ ਮੇਰਾ ਕਿਵੇਂ ਗੁਜ਼ਾਰਾ ਹੋਊਗਾ, ਪਤਾ ਨਹੀਂ ਮੇਰੇ ਨਾਲ ਕੀ ਹੋਣਾ ਹੈ। ਇਹ ਜਿਹੜਾ ਡਰ ਹੈ ਨਾ, ਡਰ ਕਹਿੰਦੇ ਇਹ ਦੂਰ ਹੋਵੇਗਾ ਜੇ ਰੱਬ ਨਾਲ ਸੁਰਤ ਜੁੜੀ ਰਹੇਗੀ,
ਰੱਬ ਨਾਲ ਸੁਰਤ ਜੋੜਨਾ, ਇਹਦੇ ਨਾਲ ਡਰ ਖਤਮ ਹੁੰਦਾ ਹੈ। ਕਹਿੰਦੇ ਭਾਉ ਪੰਜਨ ਪਾਇਆ ਆਪ ਗਵਾਇਆ, ਕਹਿੰਦੇ ਆਪਣੇ ਆਪ ਨੂੰ ਗਵਾਇਆ ਉਹ ਰੱਬ ਮਿਲਦਾ ਹੈ, ਹੋਰ ਕੋਈ ਰਾਸਤਾ ਨਹੀਂ ਹੈ ਰੱਬ ਦੇ ਮਿਲਣ ਦਾ, ਆਪ ਗਵਾਈਏ ਤਾਂ ਸਹੁ ਪਾਈਏ। ਸੋ ਜੀਵਨ ਦਾ ਰਾਸਤਾ ਇੱਥੋਂ ਸ਼ੁਰੂ ਕਰਨਾ ਹੈ ਗੁਰਬਾਣੀ ਦੇ ਗਿਆਨ ਅਨੁਸਾਰ। ਕਹਿੰਦੇ ਰੱਬ ਨੂੰ ਪਾਉਣ ਦਾ ਰਾਸਤਾ ਗੁਰ ਗਿਆਨ ਨਾਲ ਪ੍ਰਾਪਤ ਕਰਨਾ, ਜੇ ਭਜਨ ਕਰਨਾ ਤੇ ਗੁਰੂ ਦੇ ਗਿਆਨ ਨਾਲ ਭਜਨ ਕਰਨਾ, ਲੋਕਾਂ ਦਾ ਦੇਖਾ ਦੇਖੀ ਭਜਨ ਨਹੀਂ ਕਰਨਾ, ਜਿਵੇਂ ਲੋਕ ਕਰਦੇ ਨੇ ਲੋਕ ਬੋਲੀ ਜਾਂਦੇ ਨੇ, ਇਸ ਤਰ੍ਹਾਂ ਨਹੀਂ ਕਰਨਾ। ਮਹਾਰਾਜ ਕਹਿੰਦੇ ਨੇ ਭਾਈ ਜਿਵੇਂ ਗੁਰੂ ਜੀ ਸਾਨੂੰ ਦੱਸਦੇ ਨੇ, ਕਹਿੰਦੇ ਆਏ ਰੱਬ ਦਾ ਨਾਮ ਜਪੋ, ਉਸ ਤਰ੍ਹਾਂ ਜਪੋ ਜਿਵੇਂ ਗੁਰੂ ਜੀ ਸਾਨੂੰ ਦੱਸਦੇ ਨੇ। ਇਹ ਹੁਣ ਲੋਕ ਆਪਣੇ ਆਪਣੇ ਮਰਜ਼ੀ ਨਾਲ ਦੱਸੀ ਜਾਂਦੇ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਵਿਚਾਰ ਕਰੋ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਨੇ ਜੇ ਭਜਨ ਕੀਤਾ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਭਜਨ ਕੀਤਾ, ਧਿਆਨ ਗੁਰਬਾਣੀ ਜਿੱਥੇ ਵੀ ਜਾਂ ਨਾਨਕ ਪਾਤਸ਼ਾਹ ਜਾਂਦੇ ਗੁਰਬਾਣੀ ਗਾਉਂਦੇ ਜਿੱਥੇ ਵੀ ਜਾਂਦੇ। ਮਹਾਰਾਜ ਕਹਿੰਦੇ ਰਬਾਬ ਮਰਦਾਨਿਆ ਰਬਾਬ ਚੱਕ ਬਾਣੀ ਆਈ ਬਾਣੀ। ਸੋ ਜਿਹੜੀ ਬਾਣੀ ਆਉਂਦੀ ਸੀ ਨਾ, ਉਹਦੇ ਵਿੱਚ ਰੱਬ ਦਾ ਨਾਮ ਇਤਨਾ ਪ੍ਰਫੁੱਲਿਤ ਹੋ ਕੇ ਵਰਤ ਰਿਹਾ ਸੀ ਕਿ ਲੋਕ ਜਿਉਂ ਜਿਉਂ ਬਾਣੀ ਸੁਣਦੇ ਤਿਉਂ ਤਿਉਂ ਉਹਨਾਂ ਨੂੰ ਗੱਤ ਮਿਲਦੀ ਸੀ ਗੱਤ। ਮਹਾਰਾਜ ਕਹਿੰਦੇ ਹਨ ਭਾਈ ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਦਾ। ਕਹਿੰਦੇ ਇਹ ਬਾਣੀ ਇਸ ਵਾਸਤੇ ਮਹਾਰਾਜ ਦੇ ਦਰ ਤੇ ਵਰਤੀ ਕਿ ਇਸ ਬਾਣੀ ਤੋਂ ਹੀ ਰੱਬ ਦਾ ਨਾਮ ਪ੍ਰਾਪਤ ਹੁੰਦਾ ਹੈ, ਰੱਬ ਬਾਣੀ ਤੋਂ ਹੀ। ਸੋ ਮਹਾਰਾਜ ਕਹਿੰਦੇ ਬਾਣੀ ਨੂੰ ਜਪਣਾ ਰੱਬ ਦਾ ਨਾਮ ਜਪਣਾ ਹੈ, ਐਸਾ ਸਮਝਣਾ। ਕਈ ਕਈ ਘੰਟੇ ਮਹਾਰਾਜ ਬਾਣੀ ਗਾਉਂਦੇ ਰਹਿੰਦੇ, ਕਈ ਕਈ ਘੰਟੇ। ਆਹ ਜਿਹੜੇ ਰਾਗਾਂ ਵਿੱਚ ਬਾਣੀ ਗਾਉਂਦੇ ਸਨ ਪਹਿਲਾਂ, ਇਹ ਪੰਜ ਮਿੰਟ ਦਾ ਸ਼ਬਦ ਨਹੀਂ ਹੁੰਦਾ ਸੀ ਕਿ ਕੋਈ ਬੰਦਾ ਪੰਜ ਮਿੰਟ 'ਚ ਇੱਕ ਸ਼ਬਦ ਗਾ ਕੇ ਟਿਊਨਾਂ ਦੇ ਵਿੱਚ ਹੋਰ ਕੋਈ ਦੂਜਾ ਸ਼ਬਦ 'ਤੇ ਆ ਜੇ, ਆਪਾਂ ਤਾਂ ਕਈ ਕਈ ਸ਼ਬਦ ਗਾ ਜਾਂਦੇ ਹਾਂ। ਜਿਹੜੇ ਮਹਾਰਾਜ ਦੇ ਟਾਈਮ ਦੇ ਰਾਗੀ ਸਿੰਘ ਸਨ ਉਹ ਰਾਗ ਵਿੱਚ ਗਾਉਂਦੇ, ਰਾਗ ਵਿੱਚ। ਰਾਗ ਨਾਲ ਇੱਕ ਤਾਂ ਸਮੇਂ ਬੰਨਿਆ ਹੁੰਦਾ ਅਤੇ ਸਮੇਂ ਦਾ ਉਹ ਰਾਗ ਹੁੰਦਾ, ਫਿਰ ਉਸ ਨੂੰ ਗਾਉਂਦਿਆਂ ਇੱਕ ਇੱਕ ਸ਼ਬਦ ਨੂੰ ਇਤਨੀ ਵਾਰ ਗਾਉਂਦੇ, ਇੱਕ ਇੱਕ ਪੰਗਤੀ ਨੂੰ ਇਤਨੀ ਵਾਰ ਗਾਉਂਦੇ, ਇਤਨੇ ਉਹਦੇ ਪਲਟੇ ਲੈਂਦੇ ਰਾਗ ਦੇ ਕਿ ਸੁਰਤ ਹਰ ਪੱਖ ਤੋਂ ਉਸ ਸ਼ਬਦ ਦੇ ਨਾਲ ਸਮਝ ਕੇ ਉਹ ਘੱਟ ਬੈਠੇ ਰੱਬ ਨਾਲ ਗਾਉਣ ਦਾ ਅਭਿਆਸ ਕਰਦੀ। ਅਤੇ ਇੱਕ ਇੱਕ ਸ਼ਬਦ ਨੂੰ ਕਈ ਕਈ ਘੰਟੇ ਗਾਇਆ ਜਾਂਦਾ ਸੀ, ਕਈ ਕਈ ਘੰਟੇ। ਧਿਆਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਸਮੇਂ ਤੁਸੀਂ ਵਿਚਾਰ ਕਰੋ, ਪੂਰਾ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ। ਮਹਾਰਾਜ ਜਦੋਂ ਜਾਂਦੇ ਇੱਕ ਸ਼ਬਦ ਗਾਉਂਦੇ, ਇੱਕ ਸ਼ਬਦ, ਅਤੇ ਪਿੰਡ ਦਾ ਪਿੰਡ ਸਾਰੀ ਜ਼ਿੰਦਗੀ ਉਸ ਸ਼ਬਦ ਨੂੰ ਕਮਾਉਂਦਾ ਰਹਿੰਦਾ, ਪਿੰਡ ਦਾ ਪਿੰਡ ਉਹ ਸ਼ਬਦ ਨੂੰ ਗਾਉਂਦੇ ਜ਼ਿੰਦਗੀ ਭਰ ਗਾਉਂਦੇ। ਅਸੀਂ ਤਾਂ ਇੱਕ ਸ਼ਬਦ ਇੱਕ ਦਿਨ ਵੀ ਨਹੀਂ ਗਾ ਸਕਦੇ, ਇੱਕ ਦਿਨ ਵੀ। ਉਹਨਾਂ ਨੇ ਜ਼ਿੰਦਗੀ ਜ਼ਿੰਦਗੀ ਭਰ ਇੱਕ ਸ਼ਬਦ ਨਾਲ ਆਪਣੀ ਸਿੱਖੀ ਕਮਾਈ ਹੈ। ਧਿਆਨ ਰੱਖਣਾ ਐਸੇ ਇੱਕ ਇੱਕ ਸ਼ਬਦ ਨੂੰ ਜਿਹੜੇ ਮਹਾਰਾਜ ਇੱਕ ਇੱਕ ਪਿੰਡ ਵਿੱਚ ਕਿਤੇ ਸ਼ਹਿਰ ਵਿੱਚ ਕਿਤੇ ਜਾ ਕੇ ਕਿਸੇ ਨੂੰ ਉਪਦੇਸ਼ ਦੇਣ ਲੱਗਿਆਂ ਗਾਉਂਦੇ, ਉਹ ਸਾਰਾ ਸ਼ਬਦ ਇਕੱਠਾ ਕਰਕੇ ਮਹਾਰਾਜ ਲਿਖਦੇ, ਐਸੇ ਲਿਖੀ ਹੋਈ ਪੋਥੀ ਅੰਗਦ ਪਾਤਸ਼ਾਹ ਨੂੰ ਦਿੱਤੀ। ਅੰਗਦ ਪਾਤਸ਼ਾਹ ਦੇ ਲਿਖੇ ਹੋਏ ਸ਼ਬਦ ਅਮਰਦਾਸ ਜੀ ਨੂੰ ਦਿੱਤੇ, ਆਏ ਅਮਰਦਾਸ ਜੀ ਨੇ ਲਿਖੇ ਹੋਏ ਸ਼ਬਦ ਰਾਮਦਾਸ ਜੀ ਨੂੰ ਦਿੱਤੇ। ਧਿਆਨ ਰੱਖਣਾ ਆਏ ਸ਼ਬਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਕੱਤਰਿਤ ਕਰਕੇ ਭਾਈ ਮੋਹਨ ਜੀ ਤੋਂ ਲੈ ਕੇ ਆਏ। ਧਿਆਨ ਰੱਖਣਾ ਸੋ ਕਹਿਣ ਦਾ ਭਾਵ ਕਿ ਉਹ ਸਾਰੀ ਬਾਣੀ ਆਏ ਇਕੱਠੀ ਹੋਈ ਹੈ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਕਈ ਸਮੇਂ ਲੱਗ ਗਿਆ, ਕਿੰਨਾ ਸਮੇਂ ਲੱਗ ਗਿਆ ਇਸ ਬਾਣੀ ਨੂੰ ਇਕੱਤਰਿਤ ਕਰਦਿਆਂ ਹੋਇਆਂ, ਜਿਹਦੇ ਰਾਹੀਂ ਰੱਬ ਦਾ ਨਾਮ ਜਪਿਆ ਜਾਂਦਾ। ਅਸੀਂ ਹੁਣ ਰੱਬ ਦੀ ਬਾਣੀ ਨੂੰ ਨਾਮ ਜਪਣ ਨਾਮ ਦੇਣ ਵਾਲੀ ਗਤੀ ਨਹੀਂ ਸਮਝ ਰਹੇ। ਮਹਾਰਾਜ ਕਹਿੰਦੇ ਰੱਬ ਦੀ ਬਾਣੀ ਹੀ ਰੱਬ ਦਾ ਨਾਮ ਹੈ, ਯਾਦ ਰੱਖਣਾ। ਜਿਉਂ ਜਿਉਂ ਤੁਸੀਂ ਬਾਣੀ ਪੜੋਂਗੇ ਤਿਉਂ ਤਿਉਂ ਗੱਤ ਮਿਲੇਗੀ, ਗੱਤ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗੱਤ ਮੇਰੀ। ਧਿਆਨ ਰੱਖਣਾ ਕਹਿੰਦੇ ਜਿਉਂ ਜਿਉਂ ਬਾਣੀ ਨੂੰ ਸੁਣਾਂਗੇ, ਆਪਣੇ ਅੰਦਰ ਰੱਬ ਨਾਲ ਜੁੜਾਂਗੇ, ਉਹਨੂੰ ਪਿਆਰ ਨਾਲ ਆਪਾਂ ਸਹਿਜੇ ਸਹਿਜੇ ਗਾਵਾਂਗੇ, ਅਤੇ ਗਾਉਣ ਵਾਲਾ ਅੰਦਰ ਗਵਾਉਣ ਵਾਲੇ 'ਚ ਸਮਾਏਗਾ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਓ। ਕਹਿੰਦੇ ਜਦੋਂ ਆਪਾਂ ਬੋਲ ਰਹੇ ਹਾਂ ਪੰਗਤੀਆਂ, ਘੱਟ ਬੈਠੇ ਰੱਬ ਨੂੰ ਸਾਰੇ ਭਾਵ ਨਾਲ ਬੋਲ ਰਹੇ, ਸਾਰੇ ਭਾਵ। ਜਿੱਥੇ ਇੱਕ ਸ਼ਬਦ ਨਾਲ ਰੱਬ ਨੂੰ ਧਿਆਇਆ ਜਾਂਦਾ,
ਉੱਥੇ ਹਰ ਸ਼ਬਦ ਨਾਲ ਗੁਰਬਾਣੀ ਦੇ ਰੱਬ ਨੂੰ ਗਾਇਆ ਜਾਂਦਾ ਹੈ। ਕਹਿੰਦੇ ਕਹਿਣ ਦਾ ਭਾਵ ਕਿ ਸਾਡੇ ਅੰਦਰ ਇੱਕ ਐਸੀ ਸੁਰਤ ਬਣਦੀ ਹੈ ਜਿੱਥੇ ਆਪਾਂ ਹਰ ਸ਼ਬਦ ਨਾਲ ਬੋਲਦੇ ਹਾਂ, ਘਰਦਿਆਂ ਨਾਲ, ਸਮਾਜ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਆਪਾਂ ਰੱਬ ਨਾਲ ਜੁੜ ਕੇ ਬੋਲ ਸਕੀਏ, ਰੱਬ ਨੂੰ ਭੁਲਾ ਕੇ ਨਾ ਕਿਤੇ ਕੋਈ ਸ਼ਬਦ ਬਾਹਰ ਆ ਜਾਏ। ਇਸ ਭਾਵ ਨੂੰ ਪੈਦਾ ਕਰਨਾ ਆਪਾਂ ਨੇ। ਸੋ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਹਨ, ਕਹਿੰਦੇ ਉਹ ਜਿਹੜਾ ਰੱਬ ਹੈ ਭਾਉ ਭੰਜਨ ਪਾਇਆ, ਆਪ ਗਵਾਇਆ, ਆਪਣੇ ਆਪ ਨੂੰ ਗਵਾਇਆ ਹੀ ਰੱਬ ਮਿਲਦਾ, ਜਿਹਦੇ ਨਾਲ ਡਰ ਖਤਮ ਹੁੰਦਾ ਤੇ ਰੱਬ ਨਾਲ ਮਿਲਿੰਦਾ। ਮਹਾਰਾਜ ਕਹਿੰਦੇ ਡਰ ਡਰ ਮਰਦੇ ਜਬ ਜਾਣੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਕਹਿੰਦੇ ਨਹੀਂ ਤਾਂ ਬੰਦਾ ਡਰਦਾ ਡਰਦਾ ਹੀ ਮਰ ਜਾਂਦਾ ਹੈ। ਕਹਿੰਦੇ ਕਿਉਂ? ਕਹਿੰਦੇ ਰੱਬ ਨੂੰ ਦੂਰ ਸਮਝੀ ਬੈਠਾ ਮਨ ਉਹਦਾ, ਰੱਬ ਨਾਲ ਜੁੜਦਾ ਹੀ ਨਹੀਂ ਹੈ। ਜਿਹੜਾ ਬੁਲਾਉਣ ਵਾਲਾ ਆਪਣੇ ਅੰਦਰ, ਜਿਹਦੇ ਰਾਹੀਂ ਆਪਾਂ ਬੋਲਦੇ ਹਾਂ, ਉਹ ਬੋਲਣ ਵਾਲਾ ਬੁਲਾਉਣ ਵਾਲੇ ਨੂੰ ਬੋਲ ਹੀ ਨਹੀਂ ਰਿਹਾ ਅੰਦਰ ਆਪਣੇ ਮਨ। ਜਿਹੜਾ ਆਪਣੇ ਅੰਦਰ ਕਰਾਉਂਦਾ ਹੈ ਅਤੇ ਆਪਾਂ ਕਰਦੇ ਹਾਂ ਅਤੇ ਆਪਾਂ ਕਰਦੇ ਹਾਂ, ਕਰਾਉਣ ਵਾਲੇ ਨੂੰ ਯਾਦ ਹੀ ਨਹੀਂ ਰੱਖ ਰਹੇ। ਇਹ ਜਿਹੜਾ ਸਾਡੇ ਅੰਦਰ ਸੰਬੰਧ ਨਹੀਂ ਨਾ ਜੁੜ ਰਿਹਾ, ਇਹ ਤਾਂ ਨਹੀਂ ਜੁੜ ਰਿਹਾ ਕਿਉਂਕਿ ਮਨ ਨੂੰ ਗਿਆਨ ਨਹੀਂ ਹੈ। ਜਿਉਂ ਜਿਉਂ ਮਨ ਨੂੰ ਗਿਆਨ ਹੋਊਗਾ ਕਿ ਮੈਂ ਬੋਲਦਾ ਹੀ ਤਾਂ ਕਿਉਂਕਿ ਰੱਬ ਬੁਲਾਉਂਦਾ ਹੈ, ਮੈਂ ਕਰਦਾ ਹੀ ਤਾਂ ਕਿਉਂਕਿ ਮੈਨੂੰ ਰੱਬ ਕਰਾਉਂਦਾ ਹੈ, ਤਾਂ ਜੀਵਨ ਦੇ ਵਿੱਚ ਇੱਕ ਤਾਂ ਬੋਲਿਆ ਅਤੇ ਇੱਕ ਕੀਤਾ, ਕਹਿੰਦੇ ਚੰਗਾ ਹੋਏਗਾ, ਰੱਬ ਵਰਗਾ ਹੋਏਗਾ। ਨਹੀਂ ਤਾਂ ਬੋਲਿਆ ਵੀ ਅਤੇ ਕੀਤਾ ਵੀ ਦੋਨੋਂ ਵਿਗੜ ਜਾਂਦੇ, ਦੋਨੋਂ ਵਿਗੜ ਜਾਂਦੇ। ਅਸੀਂ ਬੋਲਦੇ ਕੁਝ ਹੋਰ ਹੁੰਦੇ ਹਾਂ, ਕਰਦੇ ਕੁਝ ਹੋਰ ਹੁੰਦੇ ਹਾਂ। ਸੋ ਜੀਵਨ ਦੀ ਅਵਸਥਾ ਨੂੰ ਸਮਝਣਾ ਹੈ ਕਿ ਜੋ ਅਸੀਂ ਬੋਲੀਏ, ਗੁਰਬਾਣੀ ਅਸੀਂ ਕਈ ਵਾਰ ਬੋਲਦੇ ਹਾਂ, ਹੋਰ ਤਾਂ ਨਹੀਂ ਕੁਛ ਕਰਦੇ ਆਪਾਂ, ਤਾਂ ਕੋਈ ਸਾਰੇ ਚੌਂਕੜਾ ਮਾਰ ਕੇ ਸਵੇਰ ਤੋਂ ਕਦੇ ਬੈਠੇ ਹਾਂ, ਕੋਈ ਕੋਈ ਨਿਤਨੇਮ ਬੋਲ ਰਿਹਾ, ਉਸ ਤੋਂ ਬਾਅਦ ਫਿਰ ਕੀਰਤਨ ਬੋਲ ਰਿਹਾ, ਫਿਰ ਮਹਾਰਾਜ ਦੀ ਬਾਣੀ ਨੂੰ ਪੜ੍ਹ ਰਿਹਾ, ਬਾਣੀ ਪੜ੍ਹਦਾ ਬੋਲ ਰਿਹਾ। ਆਪਾਂ ਹੋਰ ਤਾਂ ਨਹੀਂ ਕੋਈ ਇੱਥੇ ਗੁਰਦੁਆਰੇ ਕੰਮ ਕਰਦੇ, ਇਹੀ ਕੰਮ ਕਰਦੇ, ਪਰ ਉਹੀ ਜੀ ਬੋਲਿਆ ਜਾ ਰਿਹਾ। ਤੁਸੀਂ ਕਦੇ ਖਿਆਲ ਕਰੋ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਇਹੀ ਕੰਮ ਗੁਰਦੁਆਰੇ 'ਚ ਹੁੰਦਾ, ਚਾਹੇ ਕਿਤੇ ਚਲੇ ਜਾਇਓ। ਕੇਵਲ ਉੱਥੇ ਗੁਰਬਾਣੀ ਬੋਲਣੀ ਹੈ, ਆਪਾਂ ਨੇ ਗੁਰਬਾਣੀ ਬੋਲਣੀ ਸਿੱਖਣੀ ਹੈ ਤਾਂ ਕਿ ਅਸੀਂ ਗੁਰਬਾਣੀ ਵਾਂਗੂ ਬੋਲਣ ਲੱਗ ਜਾਈਏ। ਯਾਨੀ ਜਿਵੇਂ ਰੱਬ ਦੀ ਗੱਲ ਇਹ ਗੁਰਬਾਣੀ ਵਿੱਚ ਦੱਸੀ ਜਾਂਦੀ ਹੈ, ਅਸੀਂ ਉਸ ਤਰ੍ਹਾਂ ਕੰਮ ਕਰਦਿਆਂ ਹੋਇਆਂ ਰੱਬ ਦੀ ਗੱਲ ਕੰਮ ਕਰਦੇ ਹਾਂ, ਬੋਲ ਸਕੀਏ। ਇਸ ਵਾਸਤੇ ਬੋਲੀ ਦੀ ਹੈ। ਸੋ ਇੱਥੇ ਬੈਠ ਕੇ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਜਾਂ ਘਰੇ ਬੈਠ ਕੇ ਵੀ ਜਦੋਂ ਬਾਣੀ ਪੜ੍ਹਦੇ ਹਾਂ, ਅਸੀਂ ਉਸ ਨੂੰ ਬੋਲ ਨਹੀਂ ਰਹੇ ਜਿਹੜਾ ਸਾਨੂੰ ਬੁਲਾ ਰਿਹਾ। ਇਹ ਬਾਣੀ ਬੁਲਾਉਣ ਵਾਲੇ ਨੂੰ ਬੋਲਣੀ ਚਾਹੀਦੀ ਹੈ। ਹਰ ਬੰਦਾ ਜਿਹੜਾ ਬੈਠਾ ਹੈ, ਬੱਚਾ ਬੈਠਾ ਹੈ, ਬਜ਼ੁਰਗ ਬੈਠਾ ਹੈ, ਉਹ ਕਿਹਨੂੰ ਬੋਲ ਰਿਹਾ? ਉਹ ਕਿਤੇ ਹਵਾ 'ਚ ਤਾਂ ਨਹੀਂ ਬੋਲ ਰਿਹਾ ਬਾਣੀ? ਉਹ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਨਹੀਂ ਸਮਝਾ ਰਿਹਾ? ਗੁਰੂ ਗ੍ਰੰਥ ਸਾਹਿਬ ਤਾਂ ਸਮਝੇ ਹੋਏ ਨੇ। ਆਪਾਂ ਨੇ ਉਸ ਰੱਬ ਨੂੰ ਬੋਲਣਾ ਜੀ ਤੋਂ ਆਪਾਂ ਟੁੱਟੇ ਹੋਏ ਹਾਂ, ਆਖੋ ਸਤਨਾਮ, ਜੀ ਤੋਂ ਆਪਾਂ ਅੰਦਰੋਂ ਟੁੱਟੇ ਹੋਏ ਹਾਂ, ਉਸ ਰੱਬ ਨੂੰ ਇਹ ਰੱਬ ਦੀ ਬਾਣੀ ਰਾਹੀਂ ਬੋਲਣ ਦਾ ਅਭਿਆਸ ਕਰਨਾ ਕਿ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਾਂ ਪਾਈ। ਹਨਾ, ਦੇਖੋ ਸਾਰੇ ਸ਼ਬਦ ਪੜ੍ਹੇ ਨੇ ਆਪਾਂ ਨੇ, ਕਿਹਨੂੰ ਬੋਲੇ ਨੇ? ਅੰਦਰ ਬੁਲਾਉਣ ਵਾਲੇ ਨੂੰ ਬੋਲੇ ਨੇ, ਤਾਂ ਕਿ ਸਾਡਾ ਮਨ ਬੁਲਾਉਣ ਵਾਲੇ ਨਾਲ ਬੋਲਣ ਵਾਲਾ ਜੁੜ ਜਾਏ। ਯਾਨੀ ਜਿਹੜਾ ਆਪਣਾ ਮਨ ਇੱਕ ਬੋਲਦਾ ਅਤੇ ਅੰਦਰੋਂ ਇੱਕ ਬੁਲਾਉਣ ਵਾਲਾ, ਆਪਣੇ ਅੰਦਰ ਜਦੋਂ ਬੋਲਣ ਵਾਲਾ ਬੁਲਾਉਣ ਵਾਲੇ 'ਚ ਜੁੜ ਜਾਏ, ਫਿਰ ਬੁਲਾਉਣ ਵਾਲਾ ਜਦੋਂ ਆਪਾਂ ਨੂੰ ਬੁਲਾਉਂਦਾ, ਫਿਰ ਆਪਣਾ ਮਨ ਹਾਮੀ ਭਰਦਾ, ਫਿਰ ਆਪਣੇ ਮਨ ਨੂੰ ਸੋਝੀ ਆਉਂਦੀ ਹੈ, ਫਿਰ ਆਪਣਾ ਮਨ ਉੱਥੇ ਵਿਟਨੈਸ ਦਿੰਦਾ, ਫਿਰ ਆਪਣਾ ਮਨ ਕਹਿ ਸਕਦਾ ਕਿ ਜੀ ਇਹ ਤਾਂ ਮੈਂ ਨਹੀਂ ਬੋਲਿਆ, ਤਾਂ ਮਾਲਕ ਨੇ ਬੁਲਾਇਆ, ਇਹ ਮਾਲਕ ਦੀ ਕਿਰਪਾ ਹੋਈ ਤਾਂ ਮੈਂ ਬੋਲਿਆ। ਹੈਨਾ, ਨਹੀਂ ਤਾਂ ਮਨ ਨਹੀਂ ਬੋਲ ਸਕਦਾ ਜੀ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਭਾਉ ਰੱਬ ਜਿਹੜਾ ਤਾਂ ਪ੍ਰਾਪਤ ਹੁੰਦਾ ਜੇ ਆਪਣੇ ਆਪ ਨੂੰ ਗਵਾਵਾਂਗੇ। ਆਪਣਾ ਆਪ ਨੂੰ ਗਵਾਉਣਾ ਹੀ ਰੱਬ ਨੂੰ ਪਾਉਣਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਉ ਭੰਜਨ ਪਾਇਆ, ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਕਹਿੰਦੇ ਜਿਹੜਾ ਗੁਰੂ ਦੇ ਇਸ ਗੁਰ ਵੱਲ ਮੁੱਖ ਰੱਖ ਕੇ ਚੱਲਦਾ, ਉਹਦਾ ਹੀ ਫਿਰ ਮੇਲ ਘੱਟ ਬੈਠੇ ਰੱਬ ਨਾਲ ਮਿਲਦਾ ਹੈ। ਨਹੀਂ ਤਾਂ ਬਾਣੀ ਜਿੰਨੀ ਮਰਜ਼ੀ ਗਾਈ ਜਾਇਓ, ਜੇ ਬਾਣੀ ਸਮਝ ਕੇ ਨਹੀਂ ਗਾਵਾਂਗੇ, ਘੱਟ ਬੈਠੇ ਰੱਬ ਨਾਲ ਨਹੀਂ ਮਿਲਾਂਗੇ। ਸੋ ਮਿਲਣਾ ਹੀ ਇੱਥੇ ਘੱਟ ਬੈਠੇ ਰੱਬ ਨੂੰ ਹੈ। ਬਾਣੀ ਧਿਆਨ ਰੱਖ, ਉਹ ਤਾਂ ਹੀ ਮਿਲਿਆ ਜਾਣਾ ਹੈ ਜੇ ਗੁਰਬਾਣੀ ਨੂੰ ਗਾਉਂਦਿਆਂ ਹੋਇਆਂ ਆਪਾਂ ਗਵਾਉਣ ਵਾਲੇ ਨੂੰ ਆਪਣੇ ਅੰਦਰ ਗਾ ਪਾਈਏ ਅਤੇ ਆਪਣੇ ਆਪ ਨੂੰ ਮਿਟਾ ਪਾਈਏ ਅਤੇ ਰੱਬ ਦੇ ਹੋਂਦ ਨੂੰ, ਸਮਰੱਥਤਾ ਨੂੰ,
ਆਪਾਂ ਜਾਣ ਪਾਈਏ ਅੰਦਰ ਤਾਂ ਜੀਵਨ ਦੇ ਵਿੱਚ ਆਪਣਾ ਮੇਲ ਘੱਟ ਬੈਠੇ ਰੱਬ ਨਾਲ ਮਿਲਣਾ। ਇਹਨੂੰ ਕਹਿੰਦੇ ਨੇ ਭਾਈ ਗੁਰਮੁਖ ਜਨ ਹੋ ਜਾਣਾ, ਗੁਰੂ ਦੇ ਗੁਰ ਵੱਲ ਮੁੱਖ ਰੱਖਣਾ। ਉਹ ਬੰਦਾ ਫਿਰ ਰੱਬ ਦੇ ਵੱਲ ਮੁੱਖ ਰੱਖਦਾ ਹੈ ਜਿਹੜਾ ਬਾਣੀ ਦੀ ਸੋਝੀ ਵੱਲ ਮੁੱਖ ਰੱਖ ਕੇ ਚੱਲਦਾ ਹੈ। ਸੋ ਮਹਾਰਾਜ ਕਹਿੰਦੇ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਿਹਾ ਸਮਾਈ। ਇੱਥੇ ਛੰਤ ਦੀ ਸਮਾਪਤੀ ਹੈ। ਦੇਖੋ ਕੀ ਕਹਿੰਦੇ ਨੇ ਮਹਾਰਾਜ, ਕਹਿੰਦੇ ਤੀਜੇ ਪਾਤਸ਼ਾਹ ਗੁਰੂ ਨਾਨਕ ਬਣ ਸਰੂਪ ਇਹ ਫਰਮਾਨ ਕਰ ਰਹੇ ਨੇ, ਕਹਿੰਦੇ ਕਹੋ ਨਾਨਕ ਨਾਮ ਨਿਰੰਜਨ, ਕਹਿੰਦੇ ਉਸ ਰੱਬ ਦੇ ਨਾਮ ਦਾ ਕਹਿੰਦੇ ਆਪਾਂ ਸਰੂਪ ਪ੍ਰਾਪਤ ਕਰ ਰਹੇ ਹਾਂ ਜਿਹੜਾ ਨਿਰੰਜਨ ਹੈ। ਨਿਰੰਜਨ, ਨਿਰੰਜਨ ਦੇ ਅਰਥ ਕਰੋ ਜੀ, ਨਿਰੰਜਨ ਕਹਿੰਦੇ ਨੇ ਜਿਹੜਾ ਅੰਜਨ ਸਰੀਰ ਹੈ ਤੇ ਇਹਦੇ ਵਿੱਚ ਇੱਕ ਨਿਰਾਕਾਰ ਸਰੂਪ ਹੈ। ਅੰਜਨ ਕਹਿੰਦੇ ਨੇ ਸਰੀਰ ਨੂੰ, ਕਹਿੰਦੇ ਨਿਰੰਜਨ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜਾ ਸਰੀਰ ਦੇ ਵਿੱਚ ਨਿਰਾਕਾਰ ਸਰੂਪ ਸਭ ਕੁਛ ਬਣਾ ਰਿਹਾ ਤੇ ਸਭ ਕੁਛ ਚਲਾ ਰਿਹਾ ਆਪਣੇ ਅੰਦਰ, ਉਹਨੂੰ ਨਿਰੰਜਨ ਕਹਿ ਰਹੇ। ਹੁਣ ਦੇਖੋ ਸਭ ਕੁਛ ਬਣਾ ਰਿਹਾ ਤੇ ਸਭ ਕੁਛ ਚਲਾ ਰਿਹਾ, ਯਾਨੀ ਤੁਸੀਂ ਕਹਿੰਦੇ ਖਿਆਲ ਕਰੋ ਆਪਣੇ ਅੰਦਰ, ਆਪਣੇ ਸਰੀਰ ਵਿੱਚ ਦੇਖੋ ਜਿਹੜੇ ਸਰੀਰ ਨਾਲ ਆਪਾਂ ਚੱਲ ਕੇ ਇੱਥੇ ਆਏ, ਜਿਸ ਦਿਨ ਸਰੀਰ ਛੱਡ ਦਿਆਂਗੇ ਫਿਰ ਆਪਾਂ ਇੱਥੇ ਨਹੀਂ ਰਹਾਂਗੇ। ਧਿਆਨ ਰੱਖਣਾ, ਇਹ ਇਹ ਬੱਚੇ ਇਹ ਘਰ ਫਿਰ ਆਪਣਾ ਨਹੀਂ ਰਹਿਣਾ। ਜਿਸ ਦਿਨ ਸਰੀਰ ਛੱਡ ਜਾਂਗੇ ਇਹ ਕੰਮ ਕਾਰੋਬਾਰ ਆਪਣਾ ਨਹੀਂ ਰਹਿਣਾ, ਇਹ ਜਿਹੜਾ ਆਪਣਾ ਪੈਸਾ ਇਕੱਠਾ ਕੀਤਾ ਇਹ ਆਪਣਾ ਨਹੀਂ ਰਹਿਣਾ। ਜਿਸ ਦਿਨ ਸਰੀਰ ਛੱਡ ਜਾਂਗੇ ਆਹ ਜਿਹੜਾ ਘਰ ਕਾਰੋਬਾਰ ਬਣਾਇਆ ਇੱਥੇ ਹੀ ਰਹਿ ਜਾਣਾ, ਇਹ ਆਪਣੇ ਨਾਲ ਨਹੀਂ ਜਾਣਾ, ਯਾਦ ਰੱਖਣਾ। ਸੋ ਮਹਾਰਾਜ ਕਹਿੰਦੇ ਜਦੋਂ ਤੱਕ ਆਪਾਂ ਸਰੀਰ ਵਿੱਚ ਹੈ, ਸਰੀਰ ਦੇ ਵਿੱਚ ਵਿਚਾਰੋ ਕਿ ਤੁਸੀਂ ਕੀ ਬਣਾਇਆ ਅੰਦਰ, ਕੁਛ ਬਣਾਇਆ ਅੰਦਰ। ਜੇ ਸਰੀਰ ਦੇ ਵਿੱਚ ਤੁਸੀਂ ਕੁਝ ਨਹੀਂ ਬਣਾਇਆ ਤੇ ਸਭ ਕੁਛ ਰੱਬ ਬਣਾ ਰਿਹਾ, ਖੂਨ ਬਣਾ ਰਿਹਾ ਤੁਹਾਡਾ, ਹੱਡੀਆਂ ਬਣਾਈਆਂ ਉਹਨੇ, ਮਿੰਝ ਬਣਾਈ ਹੈ, ਹੈ ਨਾ, ਆਪਣੇ ਰਗਾਂ ਬਣਾਈਆਂ ਨੇ ਜਿਹਦੇ ਰਾਹੀਂ ਆਪਾਂ ਬੈਠੇ ਹਾਂ, ਜਿਹਦੇ ਨਾਲ ਚੱਲਦੇ ਹਾਂ, ਜੇ ਉਹ ਸਭ ਕੁਛ ਬਣਾ ਰਿਹਾ ਕਿ ਉਹ ਸਰੀਰ ਦੇ ਵਿੱਚੋਂ ਆਪਣੇ ਸਰੀਰ ਰਾਹੀਂ ਸਭ ਕੁਛ ਬਾਹਰ ਹੋਰ ਕੰਮ ਨਹੀਂ ਬਣਾ ਸਕਦਾ, ਆਪਣੇ ਉਹ ਕੰਮ ਨਹੀਂ ਕਰ ਸਕਦਾ। ਜੇ ਆਪਣੇ ਅੰਦਰ ਸਭ ਕੁਛ ਬਣਾ ਸਕਦਾ ਹੈ ਤੇ ਆਪਣੇ ਸਰੀਰੋਂ ਬਾਹਰ ਵੀ ਉਹ ਸਭ ਕੁਛ ਕਰਦਾ ਹੈ। ਜੇ ਅੰਦਰ ਸਭ ਕੁਛ ਉਹਦਾ ਕੀਤਾ ਹੋਇਆ ਤੇ ਆਪਣੇ ਸਰੀਰ ਤੋਂ ਬਾਹਰ ਵੀ ਉਹਦਾ ਹੀ ਕੀਤਾ ਹੋਣਾ। ਇਹ ਸਾਡੇ ਮਨ ਨੇ ਸਮਝਣਾ ਹੈ ਭਾਈ, ਆਖੋ ਸਤਨਾਮ। ਇਹ ਸਾਡੇ ਮਨ ਨੂੰ ਸਮਝ ਨਹੀਂ ਆ ਰਹੀ। ਸਾਡਾ ਮਨ ਕੀ ਕਰਦਾ ਹੈ, ਰੱਬ ਦੇ ਬਣਾਏ ਹੋਏ ਨੂੰ ਆਪਣਾ ਕਹਿਣ ਦਾ ਖਿਆਲ ਪੈਦਾ ਕਰਦਾ, ਯਾਨੀ ਕੋਈ ਦੂਜਾ ਬਣਾਵੇ ਤੇ ਉਹਨੂੰ ਕਹੇ ਜੀ ਮੈਂ ਬਣਾਇਆ ਹੋਇਆ, ਜੇ ਕੋਈ ਦੂਜਾ ਕਰੇ ਕਹੇ ਜੀ ਮੈਂ ਕੀਤਾ ਹੋਇਆ। ਐਸਾ ਸਾਡਾ ਮਨ ਕਰੀ ਜਾਂਦਾ, ਜਿਹਦੇ ਕਾਰਨ ਅਸੀਂ ਦੁਖੀ ਹਾਂ, ਸਾਡਾ ਮਨ ਕਰਕੇ ਦੁਖੀ ਹਾਂ। ਸਾਡੇ ਮਨ ਦੀ ਇਹ ਅਗਿਆਨਤਾ ਕਾਰਨ ਅਸੀਂ ਦੁਖੀ ਹਾਂ ਕਿ ਇਸ ਮਨ ਨੂੰ ਸਮਝ ਆਵੇ ਕਿ ਰੱਬ ਦਾ ਕੀਤਾ ਅੰਦਰ ਹੁੰਦਾ ਤੇ ਰੱਬ ਦਾ ਹੀ ਕੀਤਾ ਇਹ ਸਰੀਰ ਰਾਹੀਂ ਬਾਹਰ ਸੰਸਾਰ ਵਿੱਚ ਹੁੰਦਾ। ਜਿਸ ਦਿਨ ਸਾਨੂੰ ਇਹ ਗੱਲ ਸਮਝ ਆ ਜਾਏਗੀ ਸਾਡੇ ਮਨ ਨੂੰ, ਸਾਡਾ ਮਨ ਮੁਕਤ ਹੋ ਜਾਊਗਾ ਭਾਈ, ਆਖੋ ਸਤਨਾਮ। ਜਿਸ ਦਿਨ ਸਾਡੇ ਮਨ ਨੂੰ ਇਹ ਗੱਲ ਸਮਝ ਆ ਜਾਏਗੀ ਉਸ ਦਿਨ ਸਾਡਾ ਮਨ ਸੁਖੀ ਰਹੇਗਾ। ਜਿਸ ਦਿਨ ਸਾਡੇ ਮਨ ਨੂੰ ਇਹ ਗੱਲ ਸਮਝ ਆ ਜਾਏਗੀ ਉਸ ਦਿਨ ਸਾਡਾ ਮਨ ਰੱਬ ਵਿੱਚ ਲੀਨ ਹੋ ਜਾਏਗਾ। ਸੋ ਰੱਬ ਦੇ ਨਾਲ ਲੀਨ ਹੋਣ ਦਾ ਅਰਥ ਸਮਝ ਹੈ, ਜੇ ਸਮਝ ਨਹੀਂ ਆਈ ਤੇ ਲੀਨ ਨਹੀਂ ਹੋਇਆ, ਧਿਆਨ ਰੱਖਣਾ। ਸੋ ਇਸ ਸਮਝ ਨੂੰ ਪੈਦਾ ਕਰਨ ਵਾਸਤੇ ਅਸੀਂ ਗੁਰਦੁਆਰੇ ਆਉਣੇ, ਇਸ ਸਮਝ ਨੂੰ ਪੈਦਾ ਕਰਨ ਵਾਸਤੇ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਦੇ ਬਚਨ ਸੁਣਨ ਆਉਣੇ। ਇਹ ਗੁਰਬਾਣੀ ਉਹਨਾਂ ਦੇ ਬਚਨ ਨੇ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਮੇਰੇ ਸਰੀਰ ਨੂੰ ਬਣਾਉਣ ਵਾਲਾ ਤੂੰ ਆਪ ਹੈ ਤੇ ਸਰੀਰ ਰਾਹੀਂ ਬਾਹਰ ਕਰਨ ਵਾਲਾ ਵੀ ਤੂੰ ਆਪ ਹੈ, ਜੇ ਸਰੀਰ ਵਿੱਚੋਂ ਬੁਲਾਉਣ ਵਾਲਾ ਵੀ ਤੂੰ ਆਪ ਹੈ, ਇਹ ਸਰੀਰ ਤੋਂ ਬੁਲਾਉਣ ਵਾਲਾ ਵੀ ਤੂੰ ਆਪ ਹੈ। ਕਹਿੰਦੇ ਉਹ ਕਰਨ ਤੇ ਕਾਰਨ, ਬੋਲਣ ਤੇ ਬੁਲਾਉਣ, ਇਹ ਸਮਰੱਥ ਤੂੰ ਆਪ ਹੈ। ਆਖੋ ਸਤਨਾਮ। ਮੈਂ ਨਹੀਂ ਕੁਛ ਬੋਲ ਸਕਦਾ ਸੀ, ਤੁਸੀਂ ਖਿਆਲ ਕਰੋ ਤੁਸੀਂ ਸਰੀਰ ਦੇ ਵਿੱਚ ਕੀ ਕਰ ਸਕਦੇ ਹੋ, ਕੁਛ ਕਰ ਸਕਦੇ ਹੋ? ਜੇ ਸਰੀਰ ਦੇ ਵਿੱਚ ਕੁਛ ਵੀ ਆਪਣੇ ਹੱਡੀ ਨਾ ਹੋਵੇ, ਜੇ ਕੋਈ ਸਰੀਰ ਦੇ ਵਿੱਚ ਆਪਣੇ ਕੋਈ ਅੱਖ ਨਾ ਹੋਵੇ, ਆਪਾਂ ਕੀ ਕਰ ਸਕਦੇ ਹਾਂ? ਕੁਛ ਨਹੀਂ ਕਰ ਸਕਦੇ। ਉਹ ਜੋ ਸਭ ਕੁਛ ਰੱਬ ਨੇ ਦਿੱਤਾ ਹੋਇਆ ਆਪਾਂ ਨੂੰ, ਬਣਾਇਆ ਹੈ, ਜਿਹਦੇ ਰਾਹੀਂ ਉਹਨੇ ਆਪਾਂ ਨੂੰ ਅੰਦਰ ਰੱਖਿਆ ਹੋਇਆ ਹੈ, ਜਿਹਦੇ ਰਾਹੀਂ ਆਪਾਂ ਅੰਦਰ ਰਹਿੰਦੇ ਹਾਂ, ਕਹਿੰਦੇ ਆਪਣੇ ਮਨ ਨੂੰ ਉਹਦਾ ਸ਼ੁਕਰ ਕਰਨ ਦੀ ਲੋੜ ਹੈ। ਇਹਨੂੰ ਨਾਮ ਜਪਣਾ ਕਹਿੰਦੇ ਨੇ। ਉਸ ਰੱਬ ਦੇ ਕੀਤੇ ਨੂੰ ਆਪਣੇ ਸਰੀਰ ਦੇ ਰਾਹੀਂ ਜਾਣਨ ਦੀ ਲੋੜ ਹੈ। ਇਹਨੂੰ ਰੱਬ ਦਾ ਨਾਮ ਜਪਣ ਕੰਮ ਕਰਦੇ ਹਾਂ, ਰੱਬ ਦਾ ਨਾਮ ਜਪਣਾ ਕਹਿੰਦੇ ਨੇ, ਤਾਂ ਕਿ ਸਰੀਰ ਦੇ ਰਾਹੀਂ ਜਦੋਂ ਕੋਈ ਕੰਮ ਹੋਵੇ ਤੇ ਰੱਬ ਸਾਡਾ ਮਨ ਕਹਿ ਸਕੇ ਮਾਲਕ ਤੂੰ ਕਰਾਇਆ ਸੀ ਤਾਂ ਕੀਤਾ, ਤੂੰ ਬੁਲਾਇਆ ਸੀ ਤਾਂ ਮੈਂ ਬੋਲਿਆ, ਤੂੰ ਮੈਨੂੰ ਰੱਖਿਆ ਸੀ ਤਾਂ ਮੈਂ ਰਿਹਾ। ਕਹਿੰਦੇ ਇਹ ਜਿਹੜੀ ਲਗਾਤਾਰ ਜੀਵਨ ਦੀ ਕਿਰਿਆ ਸਾਡੇ ਵਿੱਚੋਂ ਪ੍ਰਵਾਹ ਕਰਨੀ ਹੈ, ਇਹ ਰੱਬ ਤੋਂ ਟੁੱਟ ਕੇ ਨਾ ਹੋਵੇ ਭਾਈ, ਆਖੋ ਸਤਨਾਮ।
ਤਾਂ ਸੁਰਤ ਜੁੜੀ ਸਮਝਿਓ। ਸੋ ਆਹ ਜਿਹੜੀ ਸੁਰਤ ਹੈ ਇਹ ਗਿਆਨ ਨਾਲ ਹੀ ਪੈਦਾ ਹੁੰਦੀ ਹੈ। ਐਸਾ ਜਿਹੜਾ ਮਾਲਕ ਆਪਣੇ ਵਿੱਚ ਸਭ ਕੁਛ ਕਰਦਾ ਤੇ ਸਾਡੇ ਵਿੱਚੋਂ ਸਭ ਕੁਛ ਉਹਦਾ ਕੀਤਾ ਬਾਹਰ ਹੁੰਦਾ ਉਹਨੂੰ ਨਿਰੰਜਨ ਕਹਿੰਦੇ ਨੇ, ਨਿਰੰਜਨ। ਸੋ ਮਹਾਰਾਜ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੁਣੇ। ਕਹਿੰਦੇ ਉਹ ਜਿਹੜਾ ਮਾਲਕ ਹੈ ਆਪਣੇ ਅੰਦਰ, ਉਹ ਬਣਾਇਆ ਨਹੀਂ ਜਾ ਸਕਦਾ। ਜਿਹੜਾ ਸਾਨੂੰ ਬਣਾਉਣ ਵਾਲਾ ਹੈ ਅਸੀਂ ਉਹਨੂੰ ਕੀ ਬਣਾ ਸਕਦੇ ਹਾਂ? ਧਿਆਨ ਰੱਖਣਾ, ਜਿਹੜਾ ਸਾਨੂੰ ਰੱਖਣ ਵਾਲਾ ਹੈ, ਸਥਾਪਿਤ ਕਰਨ ਵਾਲਾ ਹੈ, ਅਸੀਂ ਉਹਦੀ ਕੀ ਸਥਾਪਨਾ ਕਰ ਸਕਦੇ ਹਾਂ? ਸੋ ਮਹਾਰਾਜ ਕਹਿੰਦੇ ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਹਿੰਦੇ ਜਿਨ ਸੇਵਿਆ, ਜਿਹਨੇ ਐਸੇ ਮਾਲਕ ਨੂੰ ਸੇਵਨਾ ਕੀਤਾ, ਕਹਿੰਦੇ ਜਿਹੜਾ ਆਪ ਸਾਨੂੰ ਬਣਾ ਰਿਹਾ, ਜਿਹਦਾ ਆਪ ਸਾਡੇ ਵਿੱਚੋਂ ਕੀਤਾ ਹੋ ਰਿਹਾ, ਐਸੇ ਮਾਲਕ ਨੂੰ ਸੇਵੋ, ਐਸੇ ਮਾਲਕ ਨੂੰ ਕੰਮ ਕਰਦਿਆਂ ਹੋਇਆਂ ਉਹਦਾ ਧਿਆਨ ਰੱਖੋ, ਐਸੇ ਮਾਲਕ ਦੀ ਸੇਵਾ ਕਰਦਿਆਂ ਹੋਇਆਂ ਉਸ ਨੂੰ ਅਰਾਧੋ, ਉਹਨੂੰ ਸੇਵਨਾ ਕਹਿੰਦੇ ਨੇ। ਸੋ ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਮੁਨੀ ਨਿਧਾਨ। ਹੁਣ ਅਗਲਾ ਸ਼ਬਦ ਮਹਾਰਾਜ ਦਾ ਆਰੰਭ ਹੋ ਰਿਹਾ ਹੈ। ਮਹਾਰਾਜ ਕਹਿੰਦੇ ਵਡਹੰਸ ਮਹਿਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ। ਐ ਮੇਰੇ ਮਨਾ, ਤੂੰ ਹਮੇਸ਼ਾ ਵਾਸਤੇ ਸੱਚ ਨੂੰ ਸੰਭਾਲ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਿਹਾ ਕਰ। ਜਿਹੜਾ ਤਿੱਥੋਂ ਹੁੰਦਾ ਉਹ ਸੁਣ ਲੈ ਕੀ ਹੁੰਦਾ ਤਿੱਥੋਂ। ਕਹਿੰਦੇ ਤਿੱਥੋਂ ਅਗਿਆਨਤਾ ਦੇ ਵਿੱਚ ਭਟਕਣਾ ਹੋ ਸਕਦਾ, ਤੂੰ ਭਟਕ ਸਕਦਾ, ਧਿਆਨ ਰੱਖਣਾ। ਤੇਥੋਂ ਕੀ ਕੁਛ ਹੁੰਦਾ ਭਟਕਣ ਦੇ ਵਿੱਚ, ਤੂੰ ਦੂਜੇ ਦੇ ਕੀਤੇ ਨੂੰ ਆਪਣਾ ਕੀਤਾ ਝੂਠ ਬੋਲ ਸਕਦਾ, ਤੂੰ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਰਕੇ ਲੋਕਾਂ 'ਚ ਜਨਾ ਸਕਦਾ। ਇਹਨੂੰ ਹੀ ਹੰਕਾਰ ਕਹਿੰਦੇ ਨੇ, ਇਹੀ ਹੰਕਾਰ। ਕਹਿੰਦੇ ਇਹ ਰੱਬ ਤੋਂ ਟੁੱਟਣ ਦੀ ਨਿਸ਼ਾਨੀ ਹੈ। ਕਹਿੰਦੇ ਮੇਰੇ ਮਨ ਨੂੰ, ਆਪਣੇ ਮਨ ਨੂੰ ਸੱਚ ਨਾਲ ਜੁੜਨ ਦੀ ਕਿਰਿਆ ਆਉਣੀ ਚਾਹੀਦੀ ਹੈ, ਸੱਚ ਨੂੰ ਸੱਚ ਕਹਿਣ ਦੀ ਕਿਰਿਆ ਆਪਣੇ ਹਿਰਦੇ 'ਚ ਵਸਣੀ ਚਾਹੀਦੀ ਹੈ। ਸੱਚ ਇਹ ਹੈ ਕਿ ਰੱਬ ਸਭ ਕੁਛ ਕਰਦਾ ਆਪਣੇ ਵਾਸਤੇ, ਅਤੇ ਆਪਾਂ ਰੱਬ ਦੇ ਗੁਣ ਗਾਓ ਜਿਹੜਾ ਆਪਣੇ ਵਾਸਤੇ ਸਭ ਕੁਛ ਅੰਦਰ ਕਰ ਰਿਹਾ। ਸਰੀਰ ਵਿੱਚ ਉਹਨੇ ਉਦੋਂ ਤੱਕ ਰੱਖਿਆ ਕਿ ਜਦੋਂ ਤੱਕ ਉਹ ਇਹ ਚਾਹੁੰਦਾ ਕਿ ਅਸੀਂ ਉਸ ਰੱਬ ਨਾਲ ਲੀਨ ਹੋ ਜਾਈਏ। ਜੇ ਆਪਾਂ ਫਿਰ ਵਿਗੜ ਗਏ, ਰੱਬ ਨਾਲ ਨਾ ਲੀਨ ਹੋਏ, ਰੱਬ ਫਿਰ ਸਾਨੂੰ ਸਰੀਰ ਤੋਂ ਜਿਵੇਂ ਬਾਹਰ ਰੋਗੀ ਹੋ ਕੇ ਅਸੀਂ ਰੋ ਰੋ ਕੇ ਸਰੀਰ ਨੂੰ ਛੱਡਾਂਗੇ, ਫਿਰ ਆਪਾਂ ਭਟਕਾਂਗੇ, ਫਿਰ ਪਤਾ ਨਹੀਂ ਕਿਹੜੀ ਜੋਨੀ ਜਾਵਾਂਗੇ, ਫਿਰ ਪਤਾ ਨਹੀਂ ਕਿਹੜੀ ਜੋਨੀ ਤੋਂ ਫਿਰ ਆਪਾਂ ਨੂੰ ਕਦੋਂ ਸਰੀਰ ਮਿਲਣਾ। ਮਹਾਰਾਜ ਕਹਿੰਦੇ ਭਾਈ 84 ਲੱਖ ਜੋਨ ਪਾਈ, ਮਾਨੁਖ ਕੋ ਪ੍ਰਵਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ। ਕਹਿੰਦੇ ਇਹ ਬਹੁਤ ਸ਼ਿਖਰ ਵਾਲੀ ਪੌੜੀ ਹੈ ਮਨੁੱਖਾਂ ਦੇ ਹੀ, ਇਹ ਬਹੁਤ ਚਿਰਾਂ ਬਾਅਦ ਮਿਲੀ ਹੈ ਆਪਾਂ ਨੂੰ। ਇਸ ਸਰੀਰ ਦੇ ਵਿੱਚ ਜਿਸ ਵੇਲੇ ਆਪਾਂ ਆਈਏ ਤੇ ਸੱਚ ਨੂੰ ਪਹਿਚਾਨੋ, ਸੱਚ ਨਾਲ ਜੁੜੋ, ਆਪਣੇ ਮਨ ਨੂੰ ਹੰਕਾਰ ਵਿੱਚ ਨਾ ਫੁਕਾਰੇ ਮਰਵਾਓ, ਆਪਣੇ ਮਨ ਨੂੰ ਆਪਣੇ ਰੱਬ ਤੋਂ ਟੁੱਟ ਕੇ ਗੱਲਾਂ ਨਾ ਕਰਨ ਦਿਓ, ਆਪਣੇ ਮਨ ਨੂੰ ਮੈਂ ਕਰਨ ਤੋਂ ਬਚਾਓ, ਆਪਣੇ ਮਨ ਨੂੰ ਤੂੰ ਤੂੰ ਕਰਨ ਦਾ ਅਭਿਆਸ ਪੈਦਾ ਕਰਾਓ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸੋ ਕਹਿੰਦੇ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ, ਆਪਣੇ ਘਰ ਤੂੰ ਸੁਖ ਵਸੈ ਪੋ ਨਾ ਸਕੈ ਜਮਕਾਲ ਜੀਉ। ਐ ਮੇਰੇ ਮਨਾ, ਜੇ ਤੂੰ ਸੱਚ ਨਾਲ ਜੁੜੇਗਾ ਆਪਣੇ ਘਰ ਵਿੱਚ ਟਿਕਿਆ ਰਹੇਗਾ, ਸੁਖੀ ਰਹੇਗਾ, ਤੈਨੂੰ ਜਮਕਾਲ ਪੋ ਨਹੀਂ ਸਕੇਗਾ, ਤੈਨੂੰ ਫਿਰ ਮੁੜ ਕੇ ਜਮ ਲੈ ਕੇ ਨਹੀਂ ਜਾ ਸਕਦੇ ਜਮਾਉਣ ਵਾਸਤੇ ਕਿ ਤੂੰ ਫਿਰ ਜਨਮੇ। ਕਹਿੰਦੇ ਤੇਰਾ ਜਨਮ ਮਰਨ ਖਤਮ ਹੋ ਜਾਣਾ ਇਸੇ ਜਨਮ ਵਿੱਚ। ਸੋ ਸੱਚੇ ਪਾਤਸ਼ਾਹ ਕਹਿੰਦੇ ਕਾਲ ਜਾਲ ਜਮ ਜੋ ਨਾ ਸਾਕੇ, ਸੱਚੇ ਸ਼ਬਦ ਲਿਵਲਾਏ। ਜਿਹੜਾ ਸੱਚ ਸ਼ਬਦ ਨਾਲ ਜਿਹੜਾ ਸੁਰਤ ਨੂੰ ਜੋੜ ਕੇ ਰੱਖਦਾ ਹੈ, ਗੁਰਬਾਣੀ ਨਾਲ ਆਪਣੇ ਅੰਦਰ ਸੱਚ ਸ਼ਬਦ ਨੂੰ ਪ੍ਰਗਟ ਕਰਦਾ ਹੈ, ਮਹਾਰਾਜ ਕਹਿੰਦੇ ਉਹਨੂੰ ਕਾਲ ਅਤੇ ਜਾਲ ਜੀਵਨ ਵਿੱਚ ਉਹਨੂੰ ਜਮ ਜੋ ਨਹੀਂ ਸਕਦੇ। ਕਹਿੰਦੇ ਕਾਲ ਦੇ ਜਾਲ 'ਚ ਨਹੀਂ ਫਸਦਾ, ਸਮੇਂ ਦੇ ਜਾਲ 'ਚ ਨਹੀਂ ਫਸਦਾ, ਅਤੇ ਮੁੜ ਕੇ ਫਿਰ ਜਨਮ ਨਹੀਂ ਲੈਂਦਾ। ਕਹਿੰਦੇ ਐਸੀ ਅਵਸਥਾ ਕਹਿੰਦੇ ਸੱਚੇ ਸ਼ਬਦ ਨੂੰ ਕਮਾਉਣ ਨਾਲ ਪ੍ਰਾਪਤ ਹੁੰਦੀ ਹੈ। ਸੱਚਾ ਸ਼ਬਦ ਆਪਣੇ ਅੰਦਰੋਂ ਜਿਸ ਵੇਲੇ ਬਾਹਰ ਆਉਂਦਾ ਤਾਂ ਉਹ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਸਦਾ ਸੱਚ ਰੱਤਾ ਮਨ ਨਿਰਮਲ ਆਵਨ ਜਾਣ ਰਹਾਏ। ਕਹਿੰਦੇ ਜਿਹੜਾ ਸਦਾ ਸੱਚ ਨਾਲ ਰੱਤਿਆ ਰਹਿੰਦਾ ਉਹਦਾ ਮਨ ਨਿਰਮਲ ਹੁੰਦਾ, ਉਹਦਾ ਆਵਾਗਮਨ ਖਤਮ ਹੁੰਦਾ। ਮਹਾਰਾਜ ਕਹਿੰਦੇ ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਾ, ਹੁਕਮ ਹੈ ਬੁੱਝ ਸਮਾਨ। ਸੋ ਸੱਚੇ ਪਾਤਸ਼ਾਹ ਕਹਿੰਦੇ ਦੂਜੇ ਭਾਏ ਭਰਮ ਵਿਗੂਤੀ,
ਮਨਮੁਖ ਮੋਹੀ ਜਮਕਾਲ। ਕਹਿੰਦੇ ਜਿਹੜਾ ਦੂਜੇ ਭਾਏ ਵਿੱਚ ਰਹਿੰਦਾ ਹੈ, ਦੂਜੇ ਖਿਆਲ ਵਿੱਚ ਰਹਿੰਦਾ ਹੈ, ਰੱਬ ਦੇ ਖਿਆਲ ਤੋਂ ਨਿਕਲ ਕੇ ਸੰਸਾਰ ਦੇ ਖਿਆਲ ਵਿੱਚ ਰਹਿਣਾ, ਰੱਬ ਦੇ ਭਾਵ ਤੋਂ ਟੁੱਟ ਕੇ ਆਪਣੇ ਆਪ ਨੂੰ ਜਨਾਉਣਾ, ਇਹਨੂੰ ਦੂਜਾ ਭਾਵ ਕਹਿੰਦੇ ਨੇ। ਕਹਿੰਦੇ ਜਿਹੜਾ ਦੂਜੇ ਭਾਵ ਵਿੱਚ ਰਹਿੰਦਾ ਹੈ ਉਹਦਾ ਭਰਮ ਜੀਵਨ ਦੇ ਵਿੱਚ ਕਿਵੇਂ ਦੂਰ ਹੋ ਸਕਦਾ ਹੈ? ਦੂਰ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਉਹ ਕਿਵੇਂ ਜੀਵਨ ਜਮਕਾਲ ਤੋਂ ਬਚ ਸਕਦਾ ਹੈ? ਮਹਾਰਾਜ ਕਹਿੰਦੇ ਨਹੀਂ ਬਚ ਸਕਦਾ, ਇਸੇ ਨੂੰ ਮਨਮੁੱਖ ਹੋਣਾ ਕਹਿੰਦੇ ਨੇ। ਸੋ ਮਹਾਰਾਜ ਕਹਿੰਦੇ ਕਹੇ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ। ਕਹਿੰਦੇ ਐ ਮੇਰੇ ਮਨਾ, ਨਾਨਕ ਤੀਜੇ ਪਾਤਸ਼ਾਹ ਨਾਨਕ ਰੂਪ ਕਹਿੰਦੇ ਨੇ ਕਿ ਤੂੰ ਸੱਚ ਨੂੰ ਸੰਭਾਲਣਾ, ਸੱਚ ਨੂੰ ਜੀਵਨ ਦੇ ਵਿੱਚ ਬੇਟਾ ਡੋਂਟ ਟਾਕ ਬੱਚੋ ਪਲੀਜ਼ ਸਿਟ ਡਾਊਨ ਲਿਸਨ ਲਿਸਨ ਟੂ ਮੀ ਚਿਲਡਰਨ ਲਿਸਨ ਟੂ ਮੀ ਡੋਂਟ ਟਾਕ ਇਨ ਦਰਬਾਰ ਪਲੀਜ਼ ਪਲੀਜ਼ ਬੀ ਕੁਆਇਟ। ਸੋ ਖਿਆਲ ਕਰੋ ਮਹਾਰਾਜ ਕਹਿੰਦੇ ਐ ਮੇਰੇ ਮਨਾ ਤੂੰ ਸੱਚ ਨੂੰ ਸੰਭਾਲ ਕੇ ਰੱਖ। ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਭਾਲ। ਕਹਿੰਦੇ ਐ ਮੇਰੇ ਮਨਾ ਰੱਬ ਤੇਰੇ ਅੰਦਰ ਵੱਸਦਾ, ਤੂੰ ਉਹਨੂੰ ਬਾਹਰ ਭਾਲਣ ਦੀ ਕੋਸ਼ਿਸ਼ ਨਾ ਕਰ, ਜਿਹੜਾ ਰੱਬ ਤੇਰੇ ਅੰਦਰ ਵੱਸਦਾ ਉਹਦੇ ਨਾਲ ਜੁੜਨ ਦਾ ਅਭਿਆਸ ਕਰ। ਕਹਿੰਦੇ ਬਾਹਰ ਆਪਣੇ ਆਪ ਨੂੰ ਜਨਾਉਣ ਦੀ ਕੋਸ਼ਿਸ਼ ਨਾ ਕਰ, ਉਸ ਰੱਬ ਨਾਲ ਜੁੜ ਜਿਹੜਾ ਰੱਬ ਤੈਨੂੰ ਅੰਦਰ ਜੋੜ ਕੇ ਰੱਖਦਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਮਨ ਮੇਰੇ ਆ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਭਾਲ। ਜੋ ਭਾਵ ਹੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ। ਜੋ ਰੱਬ ਨੂੰ ਭਾਉਂਦਾ ਉਹਨੂੰ ਤੂੰ ਸਵੀਕਾਰ ਕਰ, ਜੋ ਰੱਬ ਨੂੰ ਤੈਨੂੰ ਦਿੱਤਾ ਉਹਨੂੰ ਤੂੰ ਸਵੀਕਾਰ ਕਰ, ਰੱਬ ਅੱਗੇ ਵੀ ਤੈਨੂੰ ਦੇਵੇਗਾ ਤਾਂ ਤੇਰੀ ਜੀਵਨ ਦੀ ਖੁਸ਼ੀ ਅੱਗੇ ਵਧਣੀ ਹੈ। ਸੋ ਰੱਬ ਨਾਲ ਰਹਿਣਾ, ਰੱਬ ਦੇ ਸ਼ੁਕਰ ਕਰਨਾ, ਤੇ ਰੱਬ ਫੇਰ ਹੋਰ ਦਿੰਦਾ। ਜਿਉਂ ਜਿਉਂ ਦਿੰਦਾ ਰੱਬ ਨੂੰ ਪਤਾ ਸਾਨੂੰ ਕੀ ਦੇਣਾ, ਰੱਬ ਸਾਡੇ ਨਾਲੋਂ ਜ਼ਿਆਦਾ ਸਿਆਣੇ ਨੇ, ਪਰ ਅਸੀਂ ਰੱਬ ਨੂੰ ਆਪਣੀ ਸਿਆਣਪ ਦਿਖਾਉਂਦੇ ਹਾਂ। ਅਸੀਂ ਸਮਝਦੇ ਰੱਬ ਤਾਂ ਨਿਆਣਾ, ਆਪਾਂ ਹੀ ਦੱਸ ਦਈਏ ਰੱਬ ਨੂੰ, ਭੁੱਲ ਗਏ ਹੋਣੇ ਰੱਬ ਜੀ, ਰੱਬ ਜੀ ਨੂੰ ਦੱਸ ਦਈਏ ਕਿ ਮਹਾਰਾਜ ਆਹ ਸਾਨੂੰ ਦੇ ਦਿਓ, ਆਹ ਨਹੀਂ ਤੁਸੀਂ ਦਿੱਤਾ, ਆਹ ਕਦੋਂ ਦਿਓਗੇ। ਅਸੀਂ ਰੱਬ ਨੂੰ ਡਾਇਰੈਕਸ਼ਨ ਦਿੰਦੇ ਹੁੰਦੇ ਹਾਂ, ਇਹ ਮੇਰੇ ਮਨਾ ਰੱਬ ਨੂੰ ਡਾਇਰੈਕਸ਼ਨ ਨਹੀਂ ਦੇਈਂਦੇ। ਰੱਬ ਨੂੰ ਜੀਵਨ ਦੇ ਵਿੱਚ ਬੋਲੀ ਦਾ ਨਹੀਂ ਹੈ, ਰੱਬ ਦੀ ਤਾਂ ਸੁਣੀ ਦੀ ਹੈ। ਜਿੱਥੇ ਰੱਬ ਨੇ ਰੱਖਿਆ ਜਿੱਥੇ ਰਾਖੇ ਬੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਿਤ ਪਾਲਾ ਜੀਉ। ਮਹਾਰਾਜ ਕਹਿੰਦੇ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ। ਕਹਿੰਦੇ ਜਿਹੜੇ ਗੁਰੂ ਵੱਲ ਮੁਖ ਰੱਖਦੇ ਨੇ ਉਹ ਰੱਬ ਦੀ ਨਦਰ ਵਿੱਚ ਰਹਿੰਦੇ ਨੇ, ਉਹ ਫਿਰ ਨਿਹਾਲ ਰਹਿੰਦੇ ਨੇ, ਉਹਨਾਂ ਦਾ ਹਾਲ ਬਹੁਤ ਖੁਸ਼ਹਾਲ ਰਹਿੰਦਾ। ਕਹਿੰਦੇ ਐ ਮੇਰੇ ਮਨਾ ਆਏ ਆਪਣੇ ਅੰਦਰ ਰੱਬ ਦੇ ਨਾਮ ਨੂੰ ਸਖਾ ਬਣਾ ਲੈ, ਮਿੱਤਰ ਬਣਾ ਲੈ। ਮਨਮੁਖ ਅੰਦਲੇ ਗਿਆਨ ਵਿਹੂਨੇ ਦੂਜੇ ਭਾਏ ਖਵਾਈ। ਜਿਹੜੇ ਮਨ ਵੱਲ ਮੁੱਖ ਰੱਖ ਕੇ ਚੱਲਦੇ ਨੇ ਗਿਆਨ ਤੋਂ ਵੀ ਹੋਣੇ ਹੁੰਦੇ ਨੇ, ਉਹ ਅੰਨੇ ਹੁੰਦੇ ਨੇ। ਮਹਾਰਾਜ ਕਹਿੰਦੇ ਅੰਧਲੇ, ਕਹਿੰਦੇ ਗਿਆਨ ਵੀ ਹੋਣੇ, ਕਹਿੰਦੇ ਦੂਜੇ ਭਾਏ ਦੇ ਵਿੱਚ ਹੀ ਆਪਣੇ ਜੀਵਨ ਨੂੰ ਖਵਾ ਕੇ ਚਲੇ ਜਾਂਦੇ। ਸੋ ਮਹਾਰਾਜ ਦੀ ਅਗਲੀ ਪੰਕਤੀ ਹੈ, ਕਹਿੰਦੇ ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਧੀ ਜਮਕਾਲ। ਬਿਨਾਂ ਰੱਬ ਦੇ ਨਾਮ ਤੋਂ ਕੋਈ ਛੁੱਟ ਨਹੀਂ ਸਕਦਾ। ਕਹਿੰਦੇ ਸਭ ਜਮਕਾਲ ਦੇ ਵਿੱਚ ਬੰਨੇ ਜਾਂਦੇ ਨੇ, ਬਾਕੀ ਕਹਿੰਦੇ ਮੁਰਕੇ ਜਨਮ ਲੈਂਦੇ ਨੇ ਤੇ ਕਾਲ ਦੇ ਅਧੀਨ ਚੱਲਦੇ ਰਹਿੰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ। ਐ ਮੇਰੇ ਮਨਾ ਤੇਰੇ ਅੰਦਰ ਰੱਬ ਵੱਸਦਾ, ਬਾਹਰ ਖੋਜਣ ਦੀ ਕੋਸ਼ਿਸ਼ ਨਾ ਕਰ। ਸੋ ਇਤਨੇ ਸ਼ਬਦ ਪ੍ਰਵਾਨ ਕਰਿਓ, ਗੁਰੂ ਮਹਾਰਾਜ ਸਾਨੂੰ ਇਹ ਉਪਦੇਸ਼ ਦੇ ਰਹੇ ਨੇ ਕਿ ਘੱਟ ਬੈਠੇ ਰੱਬ ਦੀ ਬੰਦਗੀ ਸਿੱਖਣ ਵਾਸਤੇ ਅਸੀਂ ਗੁਰਦੁਆਰੇ ਆਉਂਦੇ ਹਾਂ ਤਾਂ ਕਿ ਰੱਬ ਦੀ ਪ੍ਰੈਜੈਂਸ ਨੂੰ ਫੀਲ ਕਰ ਸਕੀਏ। ਗੁਰਬਾਣੀ ਜੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ ਜੀ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਆਓ ਅੰਤਰਾ ਸ਼ਬਦ ਪੜ੍ਹ ਕੇ ਸਮਾਪਤ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।